ਸਤਿ ਸ਼੍ਰੀ ਅਕਾਲ, ਮੈਂ ਸੁਰਬੀ ਅਤੇ ਮੈਂ ਪੰਜਾਬ ਜਲੰਧਰ ਸ਼ਹਿਰ ਤੋਂ ਬਿਲੋਂਗ ਕਰਦੀ ਹਾਂ। ਅੱਜ ਤੁਸੀਂ ਮੈਨੂੰ ਜਿਸ ਹਾਲਤ ਵਿੱਚ ਦੇਖ ਰਹੇ ਹੋ ਨਾ, ਇਸ ਤੋਂ ਪਹਿਲਾਂ ਮੈਂ ਸ਼ੁਕਰੀਆ ਕਰੂੰਗੀ ਡਾਇਟ ਐਂਡ ਫਿੱਟ ਦਾ। ਉਹ ਇਸ ਕਰਕੇ ਕਿ ਇੱਕ ਸਮਾਂ ਉਹ ਵੀ ਸੀਗਾ ਜਦੋਂ ਮੇਰਾ ਭਾਰ 70 ਕਿਲੋ ਦੇ ਕਰੀਬ ਸੀਗਾ ਔਰ ਮੈਂ ਬਹੁਤ ਪਰੇਸ਼ਾਨ ਸੀਗੀ ਆਪਣੇ ਮੋਟਾਪੇ ਨੂੰ ਲੈ ਕੇ। ਇਸ ਲਈ ਲੈ ਕੇ ਮੈਂ ਬਹੁਤ ਕੁਝ ਕੀਤਾ, ਬਹੁਤ ਸਾਰੀਆਂ ਚੀਜ਼ਾਂ ਅਪਣਾਈਆਂ, ਬੜੇ ਨੁਸਖੇ ਅਪਣਾਏ, ਪਰ ਕਿਸੇ ਚੀਜ਼ ਦਾ ਕੋਈ ਅਸਰ ਨਹੀਂ ਹੋਇਆ। ਫਿਰ ਇੱਕ ਦਿਨ ਮੈਂ ਘਰ ਬੈਠੀ ਸੀ ਅਤੇ ਮੈਂ ਟੀਵੀ ਦੇ ਵਿੱਚ ਐਡ ਵੇਖੀ ਡਾਇਟ ਐਂਡ ਫਿੱਟ ਦੀ, ਅਤੇ ਸੋਚਿਆ ਕਿਉਂ ਨਾ ਇਹਨੂੰ ਵੀ ਅਜ਼ਮਾ ਕੇ ਦੇਖਿਆ ਜਾਵੇ। ਬਸ ਫਿਰ ਕੀ ਸੀਗਾ, ਮੈਂ ਡਾਇਟ ਐਂਡ ਫਿੱਟ ਦੀ ਪ੍ਰੋਡਕਟਸ ਨੂੰ ਯੂਜ਼ ਕੀਤਾ, ਉਹਨਾਂ ਦੇ ਦੁਆਰਾ ਕਾਉਂਸਲਿੰਗ ਕੀਤੀ ਗਈ, ਉਸਨੂੰ ਅਟੈਂਡ ਕੀਤਾ, ਉਹਨਾਂ ਨੇ ਮੈਨੂੰ ਡਾਇਟ ਚਾਰਟ ਦਿੱਤਾ, ਉਸਨੂੰ ਫੋਲੋ ਕੀਤਾ, ਇਸਦਾ ਅਸਰ ਮੈਨੂੰ 1 ਮਹੀਨੇ ਦੇ ਵਿੱਚ ਮਿਲਿਆ। ਫਿਰ ਮੈਂ ਲਗਾਤਾਰ 3 ਮਹੀਨੇ ਇਹਨਾਂ ਦੀ ਡਾਇਟ ਨੂੰ ਪ੍ਰੋਪਰ ਤਰੀਕੇ ਨਾਲ ਫੋਲੋ ਕੀਤਾ ਅਤੇ ਅੱਜ ਤੁਸੀਂ ਦੇਖ ਹੀ ਰਹੇ ਹੋ ਮੈਂ ਕਿਸ ਹਾਲ ਦੇ ਵਿੱਚ ਹਾਂ, ਅਤੇ ਮੈਂ ਉਸੇ ਹਾਲ ਦੇ ਵਿੱਚ ਹਾਂ ਜੋ ਮੈਂ ਚਾਹੁੰਦੀ ਸੀਗੀ। ਯਾਨੀ ਮੈਂ ਫਿੱਟ ਐਂਡ ਹੈਲਥੀ ਹੋਣਾ ਚਾਹੁੰਦੀ ਸੀ ਅਤੇ ਡਾਇਟ ਐਂਡ ਫਿੱਟ ਨੇ ਮੈਨੂੰ ਹੈਲਥੀ ਬਣਾਇਆ ਹੈ, ਇਸ ਲਈ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ। ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਸੁਮਿਤ ਅਤੇ ਮੈਂ ਪਟਿਆਲਾ ਸ਼ਹਿਰ ਦਾ ਰਹਿਣ ਵਾਲਾ ਹਾਂ। ਅੱਜ ਮੈਂ ਤੁਹਾਡੇ ਨਾਲ ਆਪਣੇ ਹੈਲਥ ਬਾਰੇ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦਾ। ਕੁਝ ਸਮਾਂ ਪਹਿਲਾਂ ਮੈਂ ਬਹੁਤ ਮੋਟਾ ਹੁੰਦਾ ਸੀ ਅਤੇ ਜਿਹਦੇ ਨਾਲ ਮੈਂ ਬਹੁਤ ਪਰੇਸ਼ਾਨ ਰਹਿੰਦਾ ਸੀ। ਬਹੁਤ ਸਾਰੀਆਂ ਦਵਾਈਆਂ ਖਾਧੀਆਂ, ਸ਼ੇਕਸ ਪੀਤੇ, ਪਰ ਮੈਨੂੰ ਕੁਝ ਫਰਕ ਨਜ਼ਰ ਨਹੀਂ ਆਇਆ। ਫਿਰ ਇੱਕ ਦਿਨ ਮੈਂ ਸੋਸ਼ਲ ਮੀਡੀਆ ਐਪ 'ਤੇ ਡਾਇਟ ਐਂਡ ਫਿੱਟ ਵਾਲਿਆਂ ਦੀ ਐਡ ਦੇਖੀ ਅਤੇ ਉਹਨਾਂ ਨਾਲ ਮੈਂ ਕੰਸਲਟ ਕਰਕੇ ਔਨਲਾਈਨ ਹੀ ਔਡਰ ਕਰਕੇ ਉਹਨੇ ਦਵਾਈ ਲਿੱਤੀ ਅਤੇ ਕੁਝ ਸਮੇਂ ਤੱਕ ਮੈਂ ਦਵਾਈ ਖਾਧੀ ਅਤੇ ਮੈਨੂੰ ਬਹੁਤ ਅੱਛਾ ਫੀਲ ਹੋਣਾ ਸ਼ੁਰੂ ਹੋ ਗਿਆ, ਮੇਰਾ ਭਾਰ ਘਟਣਾ ਸ਼ੁਰੂ ਹੋ ਗਿਆ ਅਤੇ ਅੱਜ ਮੈਨੂੰ ਦਵਾਈ ਖਾਂਦੇ ਹੋਏ 2 ਮਹੀਨਾ ਹੋ ਚੁੱਕੇ ਨੇ ਅਤੇ ਮੈਂ ਤੁਹਾਡੇ ਸਾਹਮਣੇ ਬਿਲਕੁਲ ਫਿੱਟ ਐਂਡ ਹੈਲਦੀ ਖੜ੍ਹਾ ਹਾਂ। ਅਗਰ ਜੇ ਤੁਸੀਂ ਵੀ ਮੋਟਾਪੇ ਦੇ ਸ਼ਿਕਾਰ ਹੋ ਤਾਂ ਮੇਰੇ ਕਹੇ 'ਤੇ ਇੱਕ ਵਾਰੀ ਡਾਇਟ ਐਂਡ ਫਿੱਟ ਵਾਲਿਆਂ ਨਾਲ ਜ਼ਰੂਰ ਕੰਸਲਟ ਕਰੋ। ਬੇਤਹਾਸ਼ਾ ਖਾ ਕੇ ਮੌਜਾਂ ਲੁੱਟੀ ਜਾਂਦੇ ਨੇ, ਢਿੱਡ ਵਧਾ ਕੇ ਦੰਦਾਂ ਦੇ ਨਾਲ ਕਬਰਾਂ ਪੁੱਟੀ ਜਾਂਦੇ ਨੇ। ਸਰ, ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ। ਜੀ, ਲੋਕ ਜਿਹੜੇ ਨੇ ਪਰੇਸ਼ਾਨ ਹੁੰਦੇ ਨੇ, ਫਿਰ ਉਹਨਾਂ ਨੂੰ ਸਮਝ ਹੀ ਨਹੀਂ ਆਉਂਦਾ ਕਿ ਕੀ ਖਾਣ ਜਾਂ ਕਿਹੜੀ ਐਕਸਰਸਾਈਜ਼ ਕਰਨ, ਸੋ ਕੀ ਕਹਿਣਾ ਚਾਹੋਗੇ? ਦੇਖੋ ਜੀ, ਮੋਟਾਪੇ ਦੀ ਗ੍ਰਿਫਤ ਵਿੱਚ ਬਹੁਤ ਸਾਰੇ ਲੋਕ ਹੈਗੇ ਆ ਅਤੇ ਪਰੇਸ਼ਾਨੀ ਦਾ ਜੋ ਅੱਜ ਤੋਂ ਸਭ ਤੋਂ ਵੱਡਾ ਕਾਰਨ ਮੈਂ ਸਮਝਦਾ ਹੈਗਾ, ਜਦੋਂ ਅਸੀਂ ਮੋਬਾਈਲ ਖੋਲਦੇ ਹਾਂ ਨਾ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਫਾਰਮੂਲੇਸ਼ਨ ਮਿਲ ਜਾਂਦੇ ਆ। ਸਾਰੇ ਭਾਰ ਘਟਾਈ ਜਾਂਦੇ ਹੈਗੇ, ਕੋਈ ਕਹਿੰਦੇ ਜੀਰੇ ਦਾ ਪਾਣੀ ਪੀਓ, ਕੋਈ ਕਹਿੰਦੇ ਸੌਂਫ ਦਾ ਪਾਣੀ ਪੀਓ, ਕੋਈ ਕਹਿੰਦੇ ਮੇਥੀ ਦਾ ਪਾਣੀ ਪੀਓ, ਜਾਂ ਕੋਈ ਆਪਣੇ ਪੇਟ ਨੂੰ ਘਟਾਉਣ ਵਾਸਤੇ ਕਹਿੰਦੇ ਆਹ ਚੂਰਨ ਖਾ ਲਓ, ਆਹ ਐਕਸਰਸਾਈਜ਼ ਕਰ ਲਓ। ਉਹ ਪਹਿਲਾਂ ਲੋਕ ਬੜੇ ਖੁਸ਼ ਹੁੰਦੇ, ਉਹਨੂੰ ਅਡੋਪਟ ਜਦੋਂ ਕਰਦੇ ਹੈ ਨਾ, ਅਸੀਂ ਵੀ ਪਤਲੇ ਹੋ ਜਾਣਾ, ਸਾਡਾ ਵੀ ਪੇਟ ਘਟ ਜਾਣਾ ਹੈਗਾ। ਉਹ ਜਦੋਂ 1 ਹਫ਼ਤਾ ਗਿਆ, 2 ਹਫ਼ਤੇ ਗਿਆ, 1 ਮਹੀਨਾ ਜਦੋਂ ਕੋਈ ਫਰਕ ਨਹੀਂ ਪੈਂਦਾ ਨਾ, ਤਾਂ ਫਿਰ ਉਹਨਾਂ ਦਾ ਵਿਸ਼ਵਾਸ ਟੁੱਟ ਜਾਂਦਾ ਹੈਗਾ। ਲੋਕ ਉਹਨਾਂ ਦਾ ਵਿਸ਼ਵਾਸ ਤੋੜੀ ਜਾਂਦੇ, ਅਸੀਂ ਵਿਸ਼ਵਾਸ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਜੋ ਲੋਕ ਸਾਡੇ 'ਤੇ ਵਿਸ਼ਵਾਸ ਕਰਦੇ ਆ ਤਾਂ ਅਸੀਂ ਉਹਨਾਂ ਦੇ ਵਿਸ਼ਵਾਸ 'ਤੇ ਖਰੇ ਉਤਰਦੇ ਹਾਂ। ਅਸੀਂ ਕੀ ਕਰਦੇ ਹੈਗੇ ਹਾਂ, ਅਸੀਂ ਜੋ ਉਹਨਾਂ ਨੂੰ ਪ੍ਰੋਗਰਾਮ ਦਿੰਦੇ ਹਾਂ, ਆਪਣਾ ਇੱਕ ਮੈਡੀਸਨ ਨਹੀਂ ਦਿੰਦੇ ਹੈਗੇ, ਇੱਕ ਕਨਸੈਪਟ ਹੈਗਾ ਆ। ਅਸੀਂ ਡਾਇਟ ਪਲਾਨ ਵੀ ਦਿੰਦੇ ਹਾਂ, ਅਸੀਂ ਪ੍ਰੋਡਕਟ ਵੀ ਦਿੰਦੇ ਹੈਗੇ ਹਾਂ, ਫੂਡ ਸਪਲੀਮੈਂਟ ਵੀ ਦਿੰਦੇ ਹੈਗੇ ਹਾਂ, ਜਿਹਦੇ ਨਾਲ ਮੈਟਾਬੋਲਿਕ ਰੇਟ ਫਾਸਟ ਹੁੰਦਾ ਹੈਗਾ। ਜਦੋਂ ਮੈਟਾਬੋਲਿਕ ਰੇਟ ਫਾਸਟ ਹੁੰਦਾ ਹੈਗਾ, ਜੋ ਉਹਨਾਂ ਦੀ ਫੈਟ ਹੈਗੀ ਆ ਉਹ ਬੋਡੀ ਦੀ ਐਨਰਜੀ ਵਿੱਚ ਕਨਵਰਟ ਹੋ ਜਾਂਦੀ ਹੈਗੀ ਆ, ਉਹਨਾਂ ਨੂੰ ਖੁਦ ਹੀ ਨਹੀਂ ਪਤਾ ਲੱਗਦਾ ਵੀ ਅਸੀਂ ਕਿੱਦਾਂ ਪਤਲੇ ਹੋ ਗਏ ਹਾਂ। ਡਾਇਟ ਪਲਾਨ ਦੇ ਵਿੱਚ ਸਾਨੂੰ ਕੀ ਖਾਣਾ ਚਾਹੀਦਾ ਹੈਗਾ, ਕਿੰਨਾ ਸਾਨੂੰ ਫਾਈਬਰ ਲੈਣਾ ਚਾਹੀਦਾ ਹੈਗਾ, ਵਾਈਟਮਿਨ ਮਿਨਰਲਸ ਜਿਹੜੇ ਹੈਗੇ ਅਸੀਂ ਆਪਣੇ ਫੂਡ ਸਪਲੀਮੈਂਟ ਨਾਲ ਪੂਰੇ ਕਰਦੇ ਨੇ, ਇੱਕ ਪ੍ਰੋਪਰ ਕਨਸੈਪਟ ਹੈਗਾ ਆ। ਜੋ ਲੋਕ ਇੱਕ ਵਾਰ ਆਪਣੇ ਜਿੱਦਾਂ ਵੀ ਹੈਗਾ ਟ੍ਰੀਟਮੈਂਟ ਲੈ ਚੁੱਕੇ, ਕਿਤੋਂ ਵੀ ਉਹਨਾਂ ਦਾ ਵਿਸ਼ਵਾਸ ਨਹੀਂ ਬਣਦਾ, ਅਸੀਂ ਕਹਿੰਦੇ ਸਿਰਫ 1 ਵਾਰ ਸਾਡੇ 'ਤੇ ਵਿਸ਼ਵਾਸ ਕਰਕੇ ਦੇਖਣ, ਅਸੀਂ ਤੁਹਾਨੂੰ ਦੇਵਾਂਗੇ ਜਿਹੜਾ ਬੈਸਟ ਸਲਿਊਸ਼ਨ, ਔਰ ਭਾਰ ਵੀ ਤੁਹਾਡਾ 3 ਦਿਨਾਂ ਦੇ ਵਿੱਚ ਘਟਣਾ ਸ਼ੁਰੂ ਹੋ ਜਾਏਗਾ। ਜੀ, ਸੋ ਜਦੋਂ ਤੁਹਾਡੇ ਸਪਲੀਮੈਂਟਸ ਕੋਈ ਖਾਏਗਾ ਤਾਂ ਉਹ ਆਪਣੇ ਫਿੱਟ ਹੋਣ ਦੇ ਵਿੱਚ ਕਿੰਨਾ ਕੁ ਟਾਈਮ ਲਏਗਾ? ਮਤਲਬ ਤੁਹਾਡੀ ਜਿਹੜੀ ਸਪਲੀਮੈਂਟਸ ਨੇ, ਤੁਹਾਡੀ ਜਿਹੜੀ ਡਾਇਟ ਹੈ ਜਾਂ ਫਿਰ ਜੋ ਵੀ ਪਲਾਨ ਤੁਸੀਂ ਦਿੰਦੇ ਹੋ, ਉਹ ਕਿੰਨਾ ਕੁ ਟਾਈਮ ਲੈਂਦਾ ਕਿ ਬੰਦੇ ਨੂੰ ਸੱਚਮੁੱਚ ਵਿਸ਼ਵਾਸ ਹੋ ਜਾਵੇ? ਜਦੋਂ ਕੋਈ ਸਾਨੂੰ ਅਪਰੋਚ ਕਰਦਾ ਹੈ ਨਾ, ਸਭ ਤੋਂ ਪਹਿਲਾਂ ਤਾਂ ਅਸੀਂ ਪੁੱਛੀਦਾ ਵੀ ਤੁਹਾਡੀ ਹਾਈਟ ਕਿੰਨੀ ਆ, ਤੁਹਾਡਾ ਵੇਟ ਕਿੰਨਾ ਆ, ਤੁਹਾਡੀ ਉਮਰ ਕਿੰਨੀ ਆ। ਉਹਦੇ ਹਿਸਾਬ ਨਾਲ ਸਾਨੂੰ ਪਤਾ ਲੱਗ ਜਾਂਦਾ ਵੀ ਤੁਹਾਡਾ ਭਾਰ ਕਿੰਨਾ ਆ। ਜਿਹੜੇ ਤਾਂ ਹੁੰਦੇ ਓਵਰ ਵੇਟ,
ਉਹਨਾਂ ਦਾ ਜਿਹੜਾ ਭਾਰ ਹੈਗਾ ਜਲਦੀ ਘੱਟ ਜਾਂਦਾ ਹੈਗਾ, ਜਿਹਨਾਂ ਦਾ ਭਾਰ ਥੋੜ੍ਹਾ ਘੱਟ ਹੁੰਦਾ ਹੈਗਾ ਉਹਨਾਂ ਨਾਲੋਂ, ਵੀ ਮੰਨ ਲਓ ਵੀ ਜੇ ਤੁਹਾਡੀ ਕੱਦ ਜਿਹੜਾ ਹੈਗਾ 5 ਫੁੱਟ 4 ਇੰਚ ਆ, ਤੁਹਾਡਾ ਭਾਰ 65 ਕਿਲੋ ਆ, 5 ਕਿਲੋ ਜ਼ਿਆਦਾ ਹੈਗਾ, ਉਹ ਥੋੜ੍ਹਾ ਹੌਲੀ ਹੌਲੀ ਘੱਟਦਾ ਹੈ, ਨਾਲ ਪੇਟ ਵੀ ਘਟਣਾ ਹੁੰਦਾ ਹੈਗਾ। ਅਸੀਂ ਉਹਨਾਂ ਨੂੰ ਉਹਨਾਂ ਦੇ ਹਿਸਾਬ ਨਾਲ ਟ੍ਰੀਟਮੈਂਟ ਦਿੰਦੇ, ਜੋ ਵੀ ਸਾਡੇ ਕੋਲ ਟ੍ਰੀਟਮੈਂਟ ਲੈਂਦਾ ਹੈਗਾ ਸਿਰਫ 3 ਦਿਨਾਂ ਦੇ ਵਿੱਚ ਹੀ ਮੈਡੀਸਨ ਦਾ ਅਸਰ ਪਤਾ ਲੱਗ ਜਾਂਦਾ ਹੈਗਾ। ਅਸੀਂ ਕਹਿੰਦੇ 3 ਦਿਨਾਂ ਬਾਅਦ ਤੁਸੀਂ ਵੇਇੰਗ ਸਕੇਲ 'ਤੇ ਦੇਖੋ ਤੁਹਾਡਾ ਭਾਰ ਕਿੰਨਾ ਘੱਟ ਰਿਹਾ ਹੈਗਾ ਜਾਂ ਤੁਹਾਡੇ ਇੰਚਸ ਕਿੰਨੇ ਜਾ ਰਹੇ ਹੈਗੇ ਆ। ਇਸ ਕਰਕੇ ਇਹ ਨਹੀਂ ਹੈਗਾ ਵੀ ਤੁਹਾਨੂੰ ਹਫ਼ਤਿਆਂ ਬਾਅਦ ਜਾਂ ਮਹੀਨਿਆਂ ਬਾਅਦ ਪਤਾ ਲੱਗਣਾ ਹੈਗਾ, ਸਿਰਫ 3 ਦਿਨ ਦੇ ਸਾਨੂੰ ਟਾਈਮ ਦਿਓ, ਤੁਹਾਨੂੰ 3 ਦਿਨ ਦੇ ਵਿੱਚ ਹੀ ਰਿਜ਼ਲਟ ਦੇਵਾਂਗੇ ਜੀ। ਸੋ ਲੋਕਾਂ ਨੂੰ ਪਤਾ ਨਹੀਂ ਲੱਗਦਾ ਭਾਰ ਵੱਧ ਜਾਂਦਾ, ਉਹਨਾਂ ਨੂੰ ਸਮਝ ਨਹੀਂ ਆਉਂਦੀ ਕੁਛ ਖਾਣ ਨਾਲ ਵੱਧ ਰਿਹਾ ਜਾਂ ਅਸੀਂ ਕਿਹੋ ਜਿਹਾ ਸਾਡਾ ਡਾਇਟ ਪਲਾਨ ਹੈ ਉਹਦੇ ਵਿੱਚ ਕੁਛ ਗਲਤੀਆਂ ਕਰ ਰਹੇ ਹਾਂ, ਸੋ ਭਾਰ ਵੱਧ ਆ। ਸੋ ਕਿਹੜੇ ਕਾਰਨ ਤੁਸੀਂ ਸਮਝਦੇ ਹੋ ਕਿ ਜਿਹਦੇ ਨਾਲ ਭਾਰ ਵੱਧਦਾ ਹੈਗਾ, ਮੋਟਾਪਾ ਜਿਹਨੂੰ ਅਸੀਂ ਕਹਿੰਦੇ ਹਾਂ? ਅੱਜ ਕੱਲ੍ਹ ਲੋਕ ਬੜੇ ਕੌਨਸ਼ੀਅਸ ਹੈਗੇ ਆ, ਕਹਿੰਦੇ ਅਸੀਂ ਬੜੀ ਡਾਇਟਿੰਗ ਕਰਦੇ ਹੈਗੇ ਹਾਂ, ਅਸੀਂ ਬੜਾ ਨਾਪ ਤੋਲ ਕੇ ਖਾਂਦੇ ਹੈਗੇ ਹਾਂ। ਉਹ ਮੰਨਦੇ ਨਹੀਂ ਵੀ ਸਾਡੇ ਵਿੱਚ ਵੀ ਕੋਈ ਗਲਤੀ ਹੋ ਸਕਦੀ ਆ, ਕਿ ਹਰ ਇੱਕ ਨੂੰ ਲੱਗਦਾ ਵੀ ਮੈਂ ਜੋ ਕਰ ਰਿਹਾ ਉਹ ਸਹੀ ਹੈਗਾ ਆ। ਫਿਰ ਜਦੋਂ ਅਸੀਂ ਪੁੱਛੀਦੇ ਵੀ ਤੁਹਾਡੀ ਡਾਇਟ ਵਿੱਚ ਤੁਸੀਂ ਕੀ ਲੈਂਦੇ ਹੈਗੇ ਆ, ਸਾਡੀ ਜਿਹੜੀ ਇੰਡੀਅਨ ਡਾਇਟ ਹੈਗੀ ਆ ਇਹਦੇ ਵਿੱਚ ਪ੍ਰੋਟੀਨ ਦੀ ਘਾਟ ਹੈਗੀ ਆ। ਜਦੋਂ ਅਸੀਂ ਅਕੋਰਡਿੰਗ ਟੂ ਵੇਟ ਪ੍ਰੋਟੀਨ ਨਹੀਂ ਖਾਂਦੇ, ਤੁਹਾਡਾ ਮੰਨ ਲਓ ਭਾਰ 60 ਕਿਲੋ ਆ, ਤੁਹਾਨੂੰ 60 ਗ੍ਰਾਮ ਹਰ ਰੋਜ਼ ਪ੍ਰੋਟੀਨ ਖਾਣਾ ਪੈਣਾ। ਜਿਹੜਾ ਪ੍ਰੋਟੀਨ ਹੈਗਾ ਉਹ ਵੇਟ ਮੈਨੇਜਮੈਂਟ ਦਾ ਕੰਮ ਕਰਦਾ ਹੈਗਾ, ਪ੍ਰੋਟੀਨ ਸਾਡੇ ਅੰਦਰ ਸਟੋਰ ਨਹੀਂ ਹੁੰਦਾ, ਅੱਜ ਦੀ ਘਾਟ ਅੱਜ ਹੀ ਪੂਰੀ ਕਰਨੇ ਪੈਣੀ ਹੈਗੀ ਆ। ਜਦੋਂ ਅਸੀਂ ਪ੍ਰੋਟੀਨ ਘੱਟ ਲਵਾਂਗੇ ਤਾਂ ਜਿਹੜਾ ਹੈਗਾ ਕਾਰਬੋਹਾਈਡਰੇਟਸ, ਜਿਹੜੇ ਕਾਰਬਸ ਜ਼ਿਆਦਾ ਇਨਟੇਕ ਹੋਣਗੇ ਜਿਹਦੇ ਕਰਕੇ ਫੈਟ ਵਧੇਗੀ। ਬਿਲਕੁਲ। ਦੂਜਾ ਅਸੀਂ ਪਾਣੀ ਕਿੰਨਾ ਪੀਂਦੇ ਹੈਗੇ ਹਾਂ ਇਹ ਸਾਨੂੰ ਪਤਾ ਨਹੀਂ ਹੁੰਦਾ, ਹਰ 25 ਕਿਲੋ ਪਿੱਛੇ 1 ਲੀਟਰ ਪਾਣੀ ਪੀਣਾ ਹੁੰਦਾ, ਯਾਨੀ ਕਿ ਲਿਕੁਇਡ ਸਾਡੇ ਅੰਦਰ ਇੰਨਾ ਜਾਣਾ ਚਾਹੀਦਾ ਹੈਗਾ, ਫਿਰ ਜਾ ਕੇ ਬੰਦਾ ਜਿਹੜਾ ਪਤਲਾ ਹੋ ਸਕਦਾ ਹੈਗਾ ਆ। ਸੋ ਸੁਖਦੀਪ ਜੀ, ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਸਾਨੂੰ 70% ਨਿਊਟ੍ਰੀਸ਼ਨ ਦੀ ਲੋੜ ਹੁੰਦੀ ਹੈ, 30% ਜਿਹੜੇ ਹੈਗਾ ਸਾਨੂੰ ਬੋਡੀ ਨੂੰ ਮੂਵਮੈਂਟ ਚਾਹੀਦੀ ਹੁੰਦੀ ਹੈਗੀ ਆ। ਉਹ ਕੀ ਕਰਨਾ ਚਾਹੀਦਾ ਹੈਗਾ, ਜੇ ਤੁਹਾਨੂੰ ਸਮਝ ਨਹੀਂ ਲੱਗਦੀ ਹੈਗੀ ਸਾਨੂੰ ਕਾਲ ਕਰੋ, ਅਸੀਂ ਤੁਹਾਨੂੰ ਦੱਸਾਂਗੇ ਤੁਹਾਨੂੰ ਕੀ ਕਰਨਾ ਚਾਹੀਦਾ ਹੈਗਾ। ਹਰ ਇੱਕ ਬੰਦੇ ਦੀ ਆਪੋ ਆਪਣੀ ਹੁੰਦੀ ਹੈਗੀ ਆ ਜਿਹੜੀ ਫਿਜ਼ੀਕ, ਉਹਨਾਂ ਨੂੰ ਉਹਨਾਂ ਦੇ ਹਿਸਾਬ ਨਾਲ ਅਸੀਂ ਡਾਇਟ ਪਲਾਨ ਦਿੰਦੇ ਹੈਗੇ, ਉਹਨਾਂ ਨੂੰ ਉਹਨਾਂ ਦੇ ਹਿਸਾਬ ਨਾਲ ਅਸੀਂ ਟ੍ਰੀਟਮੈਂਟ ਦਿੰਦੇ ਹੈਗੇ ਹਾਂ। ਇਸ ਕਰਕੇ ਜਿਹਨਾਂ ਨੂੰ ਲੱਗਦਾ ਵੀ ਮੇਰਾ ਭਾਰ ਨਹੀਂ ਘੱਟ ਰਿਹਾ, ਮੈਂ ਸਾਰੀਆਂ ਕੋਸ਼ਿਸ਼ਾਂ ਕਰ ਲਈਆਂ ਹੈਗੀਆਂ, ਤਾਂ ਇੱਕ ਵਾਰ ਜ਼ਰੂਰ ਸੰਪਰਕ ਕਰਨ ਜੀ। ਜਦੋਂ ਭਾਰ ਵੱਧ ਜਾਂਦਾ ਨਾ ਫਿਰ ਅਸੀਂ ਬਹੁਤ ਸਾਰੇ ਤਰੀਕੇ ਲੱਭਦੇ ਹਾਂ, ਬਹੁਤ ਸਾਰੇ ਸੋਲਿਊਸ਼ਨ ਲੱਭਦੇ ਹਾਂ, ਸੋਲਿਊਸ਼ਨ ਨਹੀਂ ਮਿਲਦਾ ਫਿਰ ਅਸੀਂ ਟੈਨਸ਼ਨ ਦੇ ਵਿੱਚ ਪੈ ਜਾਂਦੇ ਹਾਂ। ਜਦੋਂ ਟੈਨਸ਼ਨ ਦੇ ਵਿੱਚ ਪੈ ਜਾਂਦੇ ਹਾਂ, ਬਹੁਤ ਸਾਰੇ ਇੱਧਰੋਂ ਉੱਧਰੋਂ ਸਪਲੀਮੈਂਟਸ ਖਾਂਦੇ ਹਾਂ, ਉਹਨਾਂ ਦਾ ਅਸਰ ਸਾਡੇ 'ਤੇ ਹੁੰਦਾ, ਭਾਰ ਘੱਟ ਵੀ ਜਾਂਦਾ। ਸੋ ਜਦੋਂ ਅਸੀਂ ਉਹਨਾਂ ਨੂੰ ਛੱਡ ਦਿੰਦੇ ਹਾਂ ਫਿਰ ਭਾਰ ਵੱਧ ਜਾਂਦਾ, ਕਿ ਤੁਹਾਡੇ ਸਪਲੀਮੈਂਟਸ ਵੀ ਇਵੇਂ ਨੇ ਜਾਂ ਕੁਛ ਹੋਰ ਫਾਇਦਾ ਹੈਗਾ ਇਹਨਾਂ ਤੋਂ? ਦੇਖੋ, ਅਸੀਂ ਜਿਸ ਤਰ੍ਹਾਂ ਪਹਿਲਾਂ ਦੱਸਿਆ ਵੀ ਅਸੀਂ ਇੱਕ ਕੰਸੈਪਟ ਦਿੰਦੇ ਹੈਗੇ ਹਾਂ, ਅਸੀਂ ਇਹ ਨਹੀਂ ਵੀ ਤੁਸੀਂ ਪ੍ਰੋਡਕਟ ਖਾਓ ਤਾਂ ਤੁਹਾਡੀ ਜਿਹੜੀ ਫੈਟ ਆ ਫਲੱਸ਼ ਆਊਟ ਹੋ ਜੂਗੀ, ਤੁਸੀਂ ਰਾਤੋਂ ਰਾਤ ਪਤਲੇ ਹੋ ਜਾਓਗੇ। ਜੋ ਇੱਦਾਂ ਕਰਦੇ ਆ ਉਹਨਾਂ ਦਾ ਬਹੁਤ ਸਾਈਡ ਇਫੈਕਟ ਹੁੰਦਾ, ਉਹਨਾਂ ਦਾ ਭਾਰ ਫਿਰ ਵੱਧ ਜਾਂਦਾ ਹੈਗਾ। ਲੋਕ ਬਹੁਤ ਹਾਰਡ ਐਕਸਰਸਾਈਜ਼ ਕਰਕੇ ਕਈ ਵਾਰੀ ਆਪਣਾ ਜਿਹੜਾ ਭਾਰ ਘਟਾ ਲੈਂਦੇ ਹੈਗੇ, ਉਹਨਾਂ ਦਾ ਭਾਰ ਨਹੀਂ ਘਟਦਾ, ਉਹਨਾਂ ਦੇ ਮਸਲ ਲੋਸ ਹੋ ਜਾਂਦੇ, ਜਦੋਂ ਛੱਡਦੇ ਆ ਫਿਰ ਵੱਧ ਜਾਂਦਾ ਹੈਗਾ। ਕਈ ਲੋਕ ਸਾਨੂੰ ਅਪਰੋਚ ਕਰਦੇ ਦੱਸਦੇ ਆ ਵੀ ਅਸੀਂ ਸ਼ੇਕ ਪੀਤਾ, ਜਿੰਨਾ ਚਿਰ ਤਾਂ ਪੀਤਾ ਉਹਨਾਂ ਚਿਰ ਤਾਂ ਉਹ ਪਤਲੇ ਹੋ ਗਏ, ਜਦੋਂ ਛੱਡਦੇ ਆ ਫਿਰ ਉਹ ਮੋਟੇ ਹੋ ਜਾਂਦੇ ਹੈਗੇ। ਉਹ ਇੱਕ ਮੀਲ ਰਿਪਲੇਸਮੈਂਟ ਹੈਗਾ, ਉਹਦਾ ਮਤਲਬ ਤੁਹਾਨੂੰ ਉਹ ਜਿਹੜਾ ਮੀਲ ਸਾਰੀ ਉਮਰ ਲੈਣਾ ਪੈਣਾ, ਪਹਿਲੇ ਮੀਲ ਨੂੰ ਛੱਡ ਕੇ ਉਸ 'ਤੇ ਸਾਨੂੰ ਫੋਕਸ ਕਰਨਾ ਪੈਣਾ, ਉਹੀ ਤੁਹਾਨੂੰ ਖਾਣਾ ਪੈਣਾ, ਜਿੰਨਾ ਚਿਰ ਉਹ ਤੁਸੀਂ ਖਾਂਦੇ ਆ ਉਨਾ ਚਿਰ ਤੁਸੀਂ ਠੀਕ ਆ, ਜਦੋਂ ਛੱਡਦੇ ਆ ਫਿਰ ਮੋਟੇ ਹੋ ਜਾਂਦੇ। ਅਸੀਂ ਇਸ ਤਰ੍ਹਾਂ ਨਹੀਂ ਕਰਦੇ, ਜੋ ਅਸੀਂ ਪ੍ਰੋਡਕਟ ਦਿੰਦੇ ਉਹਦੇ ਨਾਲ ਫੈਟ ਸੈੱਲ ਘੱਟਦੇ ਹੈਗੇ ਆ, ਜਦੋਂ ਫੈਟ ਸੈੱਲ ਘੱਟਦੇ ਹੈਗੇ ਆ ਤੁਹਾਡਾ ਮੈਟਾਬੋਲਿਕ ਰੇਟ ਜਿਹੜਾ ਹੈਗਾ ਉਹ ਸਹੀ ਹੋ ਜਾਂਦਾ, ਤੁਹਾਡਾ ਡਾਈਜੈਸਟਿਵ ਸਿਸਟਮ ਠੀਕ ਹੋ ਜਾਂਦਾ ਹੈਗਾ, ਫਿਰ ਜੋ ਤੁਸੀਂ ਖਾਣਾ ਹੈਗਾ ਉਹ ਤੁਹਾਨੂੰ ਪੱਚੀ ਜਾਣਾ ਹੈਗਾ, ਫੈਟ ਕਿੱਥੋਂ ਬਣੇਗੀ? ਜਦੋਂ ਤੁਹਾਨੂੰ ਅਵੇਅਰਨੈਸ ਆ ਜੂਗੀ ਤੁਹਾਨੂੰ ਪਤਾ ਲੱਗ ਜੂਗਾ ਵੀ ਮੈਨੂੰ ਕੀ ਕਰਨਾ ਚਾਹੀਦਾ ਹੈਗਾ, ਤਾਂ ਤੁਸੀਂ ਬਿਲਕੁਲ ਫਿੱਟ ਰਹਿ ਸਕਦੇ ਹੋ। ਭਾਰ ਜੇ ਘੱਟ ਸਕਦਾ ਆ ਤੇ ਉਹਨੂੰ ਅਸੀਂ ਸਟੇਬਲ ਵੀ ਕਰ ਸਕਦੇ ਹੈਗੇ ਆ। ਕਈ ਲੋਕ ਕਹਿੰਦੇ ਹੈਗੇ ਆ ਵੀ ਅਸੀਂ ਚਲੋ ਇੱਧਰ ਉੱਧਰ ਟ੍ਰੀਟਮੈਂਟ ਲਏ ਹੈਗੇ ਆ, ਉਹ ਸਾਡਾ ਕਈਆਂ ਦਾ ਪੇਟ ਘੱਟ ਜਾਂਦਾ ਹੈਗਾ, ਕਈਆਂ ਦਾ ਪੇਟ ਭਾਰ ਘੱਟ ਜਾਂਦਾ, ਕਈਆਂ ਦੀ ਸਕਿਨ ਜਿਹੜੀ ਹੈਗੀ ਉਹ ਖਰਾਬ ਹੋ ਜਾਂਦੀ ਆ। ਸਾਡੇ ਜਿਹੜਾ ਟ੍ਰੀਟਮੈਂਟ ਉਹਦੇ ਨਾਲ ਸਕਿਨ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ, ਜਿੱਦਾਂ ਜਿੱਦਾਂ ਪਤਲਾ ਬੰਦਾ ਹੋਈ ਜਾਂਦਾ ਉਦਾਂ ਉਦਾਂ ਸਕਿਨ ਵੀ ਟਾਈਟ ਹੋਣੀ ਸ਼ੁਰੂ ਹੋ ਜਾਂਦੀ ਆ ਜੀ। ਸੋ ਜਦੋਂ ਭਾਰ ਵੱਧ ਜਾਂਦਾ ਹੈ ਸੋ ਇਹਦੇ ਬਹੁਤ ਸਾਰੇ ਨੁਕਸਾਨ ਵੀ ਹੁੰਦੇ ਹੋਣਗੇ, ਸੋ ਕਿਹੜੀਆਂ ਕਿਹੜੀਆਂ ਨੁਕਸਾਨ ਜਾਂ ਕਿਹੜੀਆਂ ਕਿਹੜੀਆਂ ਪਰੇਸ਼ਾਨੀਆਂ ਜਿਹੜੀਆਂ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ?
ਦੇਖੋ ਅੱਜ ਕੱਲ੍ਹ ਮਾਡਰਨ ਜ਼ਮਾਨਾ ਹੈਗਾ, ਹਰ ਕੋਈ ਚਾਹੁੰਦਾ ਵੀ ਮੈਂ ਸੋਹਣਾ ਦਿਖਾਂ ਨਾ, ਅਤੇ ਸੋਹਣੇ ਸੋਹਣੇ ਕੱਪੜੇ ਪਾਉਣ ਨੂੰ ਵੀ ਦਿਲ ਕਰਦਾ ਹੈਗਾ, ਅਸੀਂ ਬਹੁਤ ਸਾਰੇ ਪੈਸੇ ਖਰਚ ਕੇ ਵਧੀਆ ਤੋਂ ਵਧੀਆ ਕੱਪੜੇ ਤਾਂ ਲਿਆ ਸਕਦੇ ਹਾਂ, ਪਰ ਜਦੋਂ ਪਾਉਂਦੇ ਬੇਢੰਗੇ ਲੱਗੂਗੇ ਅਸੀਂ ਤਾਂ ਫਿਰ ਚੰਗਾ ਨਹੀਂ ਆਊਗਾ, ਮਜ਼ਾ ਨਹੀਂ ਆਏਗਾ ਨਾ। ਇਸ ਕਰਕੇ ਇਹ ਸਭ ਤੋਂ ਵੱਡਾ ਡਰਾਬੈਕ ਹੈਗਾ ਵੀ ਅਸੀਂ ਆਪਣੇ ਮਨ 'ਚ ਇਹ ਕੱਪੜੇ ਨਹੀਂ ਪਾ ਸਕਦੇ। ਦੂਜਾ ਕਈ ਵਾਰੀ ਕੀ ਹੁੰਦਾ ਵੀ ਤੁਸੀਂ ਬਹੁਤ ਪੜ੍ਹੇ ਲਿਖੇ ਹੈਗੇ ਹਾਂ, ਜੇ ਤੁਹਾਡੀ ਪੌੜੀ ਸਹੀ ਨਹੀਂ, ਤੁਸੀਂ ਮੋਟਾਪੇ ਦੇ ਸ਼ਿਕਾਰ ਹੋ ਤਾਂ ਤੁਹਾਨੂੰ ਉਦੋਂ ਦਾ ਮੈਚ ਹੀ ਨਹੀਂ ਲੱਭਦਾ ਹੈਗਾ, ਅਤੇ ਜਦੋਂ ਇੱਦਾਂ ਮਿਸ ਮੈਚ ਤੁਹਾਡੀ ਜੋੜੀ ਬਣੇਗੀ ਤਾਂ ਉਹਦੇ ਨਾਲ ਕਈ ਵਾਰੀ ਬਹੁਤ ਸਾਰੀਆਂ ਪਰੇਸ਼ਾਨੀਆਂ ਆ ਜਾਂਦੀਆਂ ਹੈਗੀਆਂ। ਟੈਨਸ਼ਨ ਵੀ ਇੱਕ ਮੋਟਾਪੇ ਦਾ ਕਾਰਨ ਆ, ਟੈਨਸ਼ਨ ਕਰਕੇ ਕਈ ਵਾਰੀ ਬੰਦਾ ਆਪਣੇ ਆਪ ਲਈ, ਸਮਾਜ ਲਈ ਵੀ ਘਾਤਕ ਹੋ ਜਾਂਦੇ ਹੈਗੇ ਆ। ਦੂਜਾ ਇਹਦੇ ਨਾਲ ਸਾਹ ਚੜ੍ਹਨ ਦੀ ਪ੍ਰੋਬਲਮ ਹੋ ਸਕਦੀ ਹੈਗੀ, ਗੁਰਦੇ ਫੇਲ ਹੋ ਸਕਦੇ ਆ, ਹਾਰਟ ਫੇਲ ਹੋ ਸਕਦਾ, ਪ੍ਰੋਸਟੇਟ ਕੈਂਸਰ ਹੋ ਸਕਦਾ, ਇੰਪੋਟੈਂਸੀ ਵੀ ਹੋ ਸਕਦੀ ਹੈਗੀ ਆ, ਅਤੇ ਹੋਰ ਵੀ ਇਹਦੇ ਬਹੁਤ ਸਾਰੇ ਨੁਕਸਾਨ ਹੈਗੇ ਆ। ਵੀ ਇੱਕ ਅਧਿਐਨ ਵਿੱਚ ਦੱਸਿਆ ਹੈਗਾ ਵੀ ਸਾਨੂੰ ਮੋਟਾਪੇ ਕਰਕੇ 53 ਤਰ੍ਹਾਂ ਦੀਆਂ ਬਿਮਾਰੀਆਂ ਲੱਗ ਸਕਦੀਆਂ, ਯਾਨੀ ਕਿ ਉਹਨਾਂ 'ਚੋਂ ਕੋਈ ਵੀ ਪ੍ਰੋਬਲਮ ਆ ਸਕਦੀ ਹੈਗੀ ਆ। ਮੋਟਾਪੇ ਦੇ ਨੁਕਸਾਨ ਹੀ ਨੁਕਸਾਨ ਹੈਗੇ, ਮੋਟਾਪਾ ਇੱਕ ਬਿਮਾਰੀ ਨਹੀਂ, ਬਿਮਾਰੀਆਂ ਦੀ ਜੜ੍ਹ ਹੈਗੀ ਆ। ਡੀਟੌਕਸ ਕਰਨਾ ਕਿਉਂ ਜ਼ਰੂਰੀ ਹੈ ਸਿਹਤ ਦੇ ਲਈ? ਦੇਖੋ ਜੀ, ਅਸੀਂ ਆਪਣਾ ਇੰਨਾ ਖਿਆਲ ਨਹੀਂ ਕਰਦੇ ਜਿੰਨਾ ਅਸੀਂ ਆਪਣੀਆਂ ਗੱਡੀਆਂ ਦਾ ਕਰਦੇ ਹਾਂ। ਜਦੋਂ 10,000 ਕਿਲੋਮੀਟਰ ਸਾਡੀ ਗੱਡੀ ਚੱਲ ਜਾਂਦੀ, ਅਸੀਂ ਸਰਵਿਸ ਕਰਾ ਲੈਂਦੇ ਹਾਂ, ਜਦੋਂ ਸਰਵਿਸ ਹੋ ਜਾਂਦੀ ਗੱਡੀ ਤਾਂ ਬੜੀ ਸਮੂਥ ਹੋ ਜਾਂਦੀ ਹੈਗੀ ਆ। ਇਸ ਤਰ੍ਹਾਂ ਸਾਨੂੰ ਆਪਣੀ ਬੋਡੀ ਨੂੰ ਵੀ ਡੀਟੌਕਸ ਕਰਾਉਣਾ ਚਾਹੀਦਾ ਹੈਗਾ, ਅੰਤਰੀਆਂ ਸਾਫ਼ ਕਰਾਉਣੀਆਂ ਚਾਹੀਦੀਆਂ ਹੈਗੀਆਂ। ਜਦੋਂ ਸਾਡੀ ਬੋਡੀ ਡੀਟੌਕਸ ਹੋ ਜਾਏਗੀ ਤਾਂ ਜੋ ਵੀ ਤੁਸੀਂ ਖਾਂਦੇ ਤੁਹਾਨੂੰ ਸਹੀ ਤਰ੍ਹਾਂ ਲੱਗੇਗਾ। ਕਈ ਵਾਰ ਤੁਸੀਂ ਦੇਖਿਆ ਹੋਣਾ ਵੀ ਬਹੁਤੀਆਂ ਦਵਾਈਆਂ ਤੁਹਾਡੇ 'ਤੇ ਜਿਹੜੀਆਂ ਪਹਿਲਾਂ ਅਸਰ ਕਰਦੀਆਂ ਸੀ ਹੁਣ ਅਸਰ ਨਹੀਂ ਕਰਦੀਆਂ ਹੈਗੀਆਂ। ਕਈ ਲੋਕ ਸਾਡੇ ਤੋਂ ਜਿੱਦਾਂ ਟ੍ਰੀਟਮੈਂਟ ਲੈਂਦੇ ਆ, ਇੱਕ ਟਾਈਮ 'ਤੇ ਆ ਕੇ ਜਦੋਂ ਵਜਨ ਸਟੱਕ ਹੋ ਜਾਂਦਾ, ਫਿਰ ਅਸੀਂ ਬੋਡੀ ਨੂੰ ਡੀਟੌਕਸ ਕਰੀਦਾ ਹੈਗਾ। ਜਦੋਂ ਬੋਡੀ ਡੀਟੌਕਸ ਹੋ ਜਾਂਦੀ, ਰੀਫਰੈਸ਼ ਹੋ ਜਾਂਦੀ ਆ, ਫਿਰ ਹਰ ਚੀਜ਼ ਉਹਨਾਂ ਤੋਂ ਲੱਗਣ ਲੱਗ ਪੈਂਦੀ ਆ, ਅਸਰ ਕਰਨ ਲੱਗ ਪੈਂਦੀ ਹੈਗੀ ਆ। ਇਸ ਕਰਕੇ ਆਪਣੀ ਬੋਡੀ ਨੂੰ ਡੀਟੌਕਸ ਕਰਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਜੀ। ਸੋ ਲੋਕ ਭਾਰ ਵਧਾਉਣਾ ਵੀ ਚਾਹੁੰਦੇ ਹੁੰਦੇ ਆ, ਪਤਲੇ ਹੁੰਦੇ ਆ, ਕੁਛ ਵੀ ਪਾਇਆ ਹੋਵੇ ਸੋਹਣਾ ਨਹੀਂ ਲੱਗਦਾ, ਸੋ ਚਾਹੁੰਦੇ ਆ ਕਿ ਥੋੜ੍ਹਾ ਜਿਹਾ ਭਾਰ ਵੱਜੇ ਅਤੇ ਅਸੀਂ ਬਹੁਤ ਸੋਹਣੇ ਦਿਖਾਂਗੇ, ਜੋ ਵੀ ਅਸੀਂ ਪਾਇਆ ਹੋਏਗਾ ਉਹ ਸਾਡੇ 'ਤੇ ਜੱਚੇਗਾ ਵੀ। ਸੋ ਭਾਰ ਵਧਾਉਣ ਦੇ ਵਾਸਤੇ ਤੁਹਾਡੇ ਕੋਲ ਕੀ ਟ੍ਰੀਟਮੈਂਟ ਹੈ? ਦੇਖੋ, ਬਹੁਤ ਸਾਨੂੰ ਫੋਨ ਆਉਂਦੇ ਹੈਗੇ, ਕਹਿੰਦੇ ਤੁਸੀਂ ਮੋਟਾਪੇ ਦਾ ਤਾਂ ਕਰਦੇ ਹੋ ਇਲਾਜ, ਵੀ ਤੁਸੀਂ ਮੋਟੇ ਹੋਣ ਵਾਸਤੇ ਵੀ ਦਿੰਦੇ, ਸਿਹਤ ਬਣਾਉਣ ਵਾਸਤੇ ਵੀ ਦਿੰਦੇ ਹੈਗੇ ਆ। ਬਹੁਤ ਸਾਰੀਆਂ ਲੜਕੀਆਂ ਜਿਹੜੀਆਂ ਕਈ 0 ਫਿਗਰ ਦੀ ਦੌੜ ਵਿੱਚ ਸੀ, ਜਿਨ੍ਹਾਂ ਨੂੰ ਕੋਈ ਕੰਪਲੀਕੇਸ਼ਨ ਆ ਗਈਆਂ, ਉਹ ਵੀ ਹੁਣ ਆਪਣੇ ਆਪ ਨੂੰ ਹੈਲਦੀ ਕਰਨਾ ਚਾਹੁੰਦੀਆਂ ਹੈਗੀਆਂ, ਮੁੰਡੇ ਵੀ ਆਪਣੇ ਆਪ ਨੂੰ ਸਡੋਲ ਨਜ਼ਰ ਆਉਣਾ ਚਾਹੁੰਦੇ ਹੈਗੇ ਆ। ਅਸੀਂ ਜੋ ਟ੍ਰੀਟਮੈਂਟ ਦਿੰਦੇ ਹਾਂ ਉਹਦੇ ਨਾਲ ਇੱਕ ਤਾਂ ਸਭ ਤੋਂ ਪਹਿਲਾਂ ਡਾਈਜੈਸਟਿਵ ਸਿਸਟਮ ਠੀਕ ਹੋ ਜਾਂਦਾ ਹੈਗਾ, ਭੁੱਖ ਵੱਧ ਜਾਂਦੀ ਹੈਗੀ, ਖਾਧਾ ਪੀਤਾ ਲੱਗਣਾ ਸ਼ੁਰੂ ਹੋ ਜਾਂਦਾ ਹੈਗਾ, ਜੋ ਤੁਸੀਂ ਖਾਓਗੇ ਉਹ ਤੁਹਾਨੂੰ ਲੱਗੇਗਾ, ਭੁੱਖ ਇੰਨੀ ਕੁ ਵੱਧ ਜਾਂਦੀ ਹੈਗੀ ਵੀ ਤੁਹਾਡੀ ਨੀਂਦ ਨਹੀਂ ਭਰੇਗੀ, ਤੁਹਾਡਾ ਪੇਟ ਭਰ ਜਾਏਗਾ, ਪੇਟ ਵੱਲ ਦੇਖ ਕੇ ਕਹੋਗੇ ਨਹੀਂ ਮੈਂ ਹੋਰ ਨਹੀਂ ਖਾਣਾ ਹੈਗਾ, ਫਿਰ ਜੋ ਤੁਸੀਂ ਖਾਣਾ ਹੈ ਉਹ ਤੁਹਾਨੂੰ ਲੱਗੇਗਾ, ਜੋ ਤੁਸੀਂ ਖਾਣਾ ਉਹਦੇ ਨਾਲ ਹੀ ਤੁਹਾਡੀ ਸਿਹਤ ਬਣਨੀ, ਦਵਾਈ ਨਾਲ ਸਿਹਤ ਨਹੀਂ ਬਣਨੀ, ਦਵਾਈ ਨੇ ਤੁਹਾਡੇ ਡਾਈਜੈਸਟਿਵ ਸਿਸਟਮ ਨੂੰ ਠੀਕ ਕਰਨਾ ਹੈਗਾ ਆ। ਜਦੋਂ ਤੁਸੀਂ ਸਾਡਾ ਟ੍ਰੀਟਮੈਂਟ ਲੈਣਾ ਸ਼ੁਰੂ ਕਰ ਦਿੰਦੇ ਹੈਗੇ ਆ, ਹਲਕੀਆਂ ਹਲਕੀਆਂ ਜਿਹੜੀਆਂ ਗੱਲਾਂ ਬਾਹਰ ਆਉਣੀਆਂ ਸ਼ੁਰੂ ਹੋ ਜਾਣੀਆਂ, ਬੋਡੀ ਸਡੋਲ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਆ, ਚਿਹਰੇ ਦਾ ਰੰਗ ਲਾਲ ਹੋਣਾ ਸ਼ੁਰੂ ਹੋ ਜਾਂਦਾ, ਅਤੇ ਤੁਸੀਂ ਵਧੀਆ ਸੋਹਣੇ ਨਜ਼ਰ ਆਉਣ ਲੱਗ ਪੈਂਦੇ ਹੈਗੇ ਆ। ਇਸ ਕਰਕੇ ਜੋ ਬੰਦਾ ਮੋਟੇ ਹੋਣਾ ਚਾਹੁੰਦਾ ਹੈ, ਆਪਣੀ ਸਿਹਤ ਬਣਾਉਣਾ ਚਾਹੁੰਦੇ ਹੋ, ਜਿੱਦਾਂ ਦੀ ਵੀ ਚੋਣ ਬਣਾਉਣਾ ਚਾਹੁੰਦੇ ਹੈਗੇ, ਅਸੀਂ ਉਸ ਤਰ੍ਹਾਂ ਦੀ ਬਣਾ ਦਿੰਦੇ ਹੈਗੇ ਆ। ਸੋ ਫੈਟੀ ਲੀਵਰ ਨੂੰ ਅਸੀਂ ਮੋਟਾਪੇ ਦੇ ਇੱਕ ਕਾਰਨ ਸਮਝ ਲੈਂਦੇ ਹਾਂ, ਸੋ ਉਹ ਕੀ ਚੀਜ਼ ਹੈਗੀ ਹੈ? ਦੇਖੋ, ਜਦੋਂ ਫੈਟੀ ਲੀਵਰ ਹੁੰਦਾ ਹੈਗਾ, ਫੈਟੀ ਲੀਵਰ ਨਾਲ ਜੋ ਅਸੀਂ ਖਾਣਾ ਸਾਨੂੰ ਹਜ਼ਮ ਨਹੀਂ ਹੋਣਾ, ਜਦੋਂ ਹਜ਼ਮ ਨਹੀਂ ਹੋਊਗਾ ਉਦੋਂ ਗੈਸ ਵੀ ਬਣੂਗੀ, ਕਬਜ਼ ਵੀ ਹੋਏਗੀ। ਫੈਟੀ ਲੀਵਰ ਦੇ ਨਾਲ ਕਈ ਵਾਰ ਯੂਰਿਕ ਐਸਿਡ ਵਧਣਾ ਸ਼ੁਰੂ ਹੋ ਜਾਂਦਾ, ਕੋਲੈਸਟ੍ਰੋਲ ਵਧਣਾ ਸ਼ੁਰੂ ਹੋ ਜਾਂਦਾ, ਐਸਿਡ ਬਣਨਾ ਸ਼ੁਰੂ ਹੋ ਜਾਂਦਾ। ਜਦੋਂ ਜ਼ਿਆਦਾ ਐਸਿਡ ਬਣਦਾ ਹੈਗਾ ਆ, ਤਾਂ ਐਸਿਡ ਨੂੰ ਸ਼ਾਂਤ ਕਰਕੇ ਜਿਹੜਾ ਰੇਸ਼ਾ ਹੋਰ ਬਣਨਾ ਸ਼ੁਰੂ ਹੋ ਜਾਂਦਾ ਹੈਗਾ। ਅਸੀਂ ਕੀ ਕਰਦੇ ਹਾਂ, ਅਸੀਂ ਰੇਸ਼ੇ ਦੀ ਦਵਾਈ ਖਾ ਲਾਂਗੇ, ਯੂਰਿਕ ਐਸਿਡ ਦੀ ਖਾ ਲਾਂਗੇ, ਗੈਸ ਦੀ ਖਾ ਲਾਂਗੇ, ਕਬਜ਼ ਦੀ ਖਾ ਲਾਵਾਂਗੇ, ਪਰ ਅਸੀਂ ਲੀਵਰ ਨੂੰ ਸਹੀ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ ਹੈਗੇ। ਅਸੀਂ ਉਹ ਦਵਾਈਆਂ ਦਾ ਸਹਾਰਾ ਲੈਣ ਲੱਗ ਪੈਂਦੇ, ਕਈ ਸਾਲਾਂ ਬੱਧੀ ਖਾਂਦੇ ਰਹਿੰਦੇ ਹੈ, ਜਿਹਨਾਂ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਹੈਗਾ। ਅਸੀਂ ਜਿਹੜਾ ਲੀਵਰ ਨੂੰ ਵੀ ਡੀਟੌਕਸ ਕਰੀਦਾ ਹੈਗਾ, ਲੀਵਰ ਨੂੰ ਸਟਿਮੂਲੇਟ ਕਰੀਦਾ ਹੈਗਾ। ਜਦੋਂ ਲੀਵਰ ਸਟਿਮੂਲੇਟ ਹੋ ਜੂਗਾ, ਤੁਸੀਂ ਜੋ ਖਾਓਗੇ ਤੁਹਾਨੂੰ ਉਹ ਲੱਗੇਗਾ, ਹਜ਼ਮ ਹੋਏਗਾ, ਤੁਹਾਡੀ ਬੋਡੀ ਦੀ ਐਨਰਜੀ ਵਿੱਚ ਕਨਵਰਟ ਹੋਏਗਾ।
ਜਦੋਂ ਤੁਹਾਡਾ ਡਾਈਜੈਸਟਿਵ ਸਿਸਟਮ ਠੀਕ ਹੋ ਗਿਆ ਨਾ, ਜੇ ਤੁਸੀਂ ਮੋਟੇ ਆ ਤਾਂ ਪਤਲੇ ਹੋਣ ਲੱਗ ਪਓਗੇ, ਜੇ ਤੁਸੀਂ ਪਤਲੇ ਆ ਤਾਂ ਆਪਣੇ ਆਪ ਨੂੰ ਤੁਸੀਂ ਹੈਲਦੀ ਕਰ ਲਓਗੇ, ਕਿਉਂਕਿ ਲੀਵਰ ਦੇ ਨਾਲ ਹੀ ਸਾਡਾ ਜਿਹੜਾ ਦਾਰੋਮਦਾਰ ਹੈਗਾ, ਲੀਵਰ ਦੇ ਨਾਲ ਹੀ ਸਾਡੀ ਸਿਹਤ ਜਿਹੜੀ ਉਹ ਸਹੀ ਰਹਿੰਦੀ ਹੈਗੀ ਆ। ਜੀ, ਇੱਕ ਹੁੰਦਾ ਫੈਟ ਲੋਸ ਕਰਨਾ, ਇੱਕ ਹੁੰਦਾ ਮੋਟਾਪਾ ਘਟਾਉਣਾ। ਲੋਕਾਂ ਨੂੰ ਦੋਨਾਂ ਦੇ ਵਿੱਚ ਅੰਤਰ ਹੀ ਨਹੀਂ ਪਤਾ ਲੱਗਦਾ। ਸੋ ਤੁਸੀਂ ਕਿਵੇਂ ਦਾ ਟ੍ਰੀਟਮੈਂਟ ਦਿੰਦੇ ਹੋ ਅਤੇ ਲੋਕਾਂ ਨੂੰ ਥੋੜ੍ਹਾ ਜਿਹਾ ਇਲੈਬੋਰੇਟ ਕਰਕੇ ਦੱਸੋ ਕਿ ਇਹ ਹੈ ਕੀ ਐਕਚੁਅਲ 'ਚ। ਸੁਖਦੀਪ ਜੀ, ਤੁਸੀਂ ਦੇਖਿਆ ਹੋਣਾ ਵੀ ਕਈ ਲੋਕਾਂ ਦਾ ਭਾਰ ਤਾਂ ਸਹੀ ਹੁੰਦਾ ਪਰ ਉਹਨਾਂ ਦਾ ਪੇਟ ਵਧਿਆ ਹੁੰਦਾ ਹੈਗਾ, ਪੇਟ ਤੋਂ ਬੜੇ ਪਰੇਸ਼ਾਨ ਹੁੰਦੇ ਆ, ਜਿਹੜਾ ਪੇਟ ਫੁੱਲਿਆ ਹੁੰਦਾ ਵੈਸੇ ਨਹੀਂ ਚੰਗਾ ਲੱਗਦਾ ਹੈਗਾ, ਕਈ ਵਾਰੀ ਬਟਨ ਲੱਗੇ ਹੁੰਦੇ ਆ, ਪੇਟ ਬਾਹਰ ਨੂੰ ਨਿਕਲਦਾ ਹੈਗਾ, ਉਹ ਚੰਗਾ ਨਹੀਂ ਲੱਗਦਾ ਹੈਗਾ, ਨਾਸ਼ਪਾਤੀ ਵਰਗਾ ਪੇਟ ਹੋਇਆ ਹੁੰਦਾ ਹੈਗਾ। ਪੇਟ ਜਿਹੜਾ ਹੈਗਾ ਜੇ ਵਧਿਆ ਤਾਂ ਘਟਾਇਆ ਵੀ ਜਾ ਸਕਦਾ ਹੈਗਾ। ਇਹਦੇ ਵਾਸਤੇ ਅਸੀਂ ਦੋ ਤਰ੍ਹਾਂ ਦੇ ਪ੍ਰੋਡਕਟ ਦਿੰਦੇ ਹੈਗੇ, ਇੱਕ ਤਾਂ ਅਸੀਂ ਟੰਮੀ ਟੱਕ ਲੋਸ਼ਨ ਦਿੰਦੇ ਹੈਗੇ ਹਾਂ, ਜਿਹਦੇ ਨਾਲ ਜਿਹੜੀ ਸਕਿੰਨ ਟਾਈਟ ਹੋਣੀ ਸ਼ੁਰੂ ਹੋ ਜਾਂਦੀ, ਸਟ੍ਰੈਚ ਮਾਰਕਸ ਜਿਹੜੇ ਹੈਗੇ ਉਹ ਠੀਕ ਹੋਣੇ ਸ਼ੁਰੂ ਹੋ ਜਾਂਦੇ ਆ, ਸਕਿੰਨ ਜਿਹੜੀ ਬਿਲਕੁਲ ਸਮੂਥ ਹੋ ਜਾਂਦੀ ਹੈਗੀ। ਐਂਟੀ ਸੈਲੋਲਾਈਟ ਆ ਸਾਡਾ ਜਿਹੜਾ ਇਹ ਲੋਸ਼ਨ, ਸੈਲੋਲਾਈਟ ਕੀ ਹੁੰਦਾ ਵੀ ਹਲਕੇ ਹਲਕੇ ਜਿੱਦਾਂ ਨਾ ਸੰਤਰੇ ਦੇ ਛਿੱਲੜਾਂ ਦੇ ਉੱਤੇ ਉਭਾਰ ਹੁੰਦੇ ਆ ਸਾਡੀ, ਕਈ ਵਾਰੀ ਲੇਡੀਜ਼ ਦੇ ਸਕਿੰਨ ਦੇ ਇੱਦਾਂ ਦੇ ਹੁੰਦੇ ਹੈਗੇ ਆ, ਸਕਿੰਨ ਬਿਲਕੁਲ ਸਮੂਥ ਹੋ ਜਾਂਦੀ ਹੈਗੀ ਆ। ਦੂਜਾ ਜੋ ਅਸੀਂ ਖਾਣ ਵਾਲਾ ਪ੍ਰੋਡਕਟ ਦਿੰਦੇ ਹੈਗੇ ਹਾਂ, ਉਹਦੇ ਨਾਲ ਜਿਹੜਾ ਸਾਡਾ ਡਾਈਜੈਸਟਿਵ ਸਿਸਟਮ ਜਿਹੜਾ ਹੁੰਦਾ ਹੈਗਾ, ਡਾਈਜੈਸਟਿਵ ਜਿਹੜਾ ਟਰੈਕ ਹੈਗਾ ਆ, ਪਲੱਸ ਨਾਲ ਜਿਹੜੀ ਵੱਡੀ ਆਂਤ ਹੈਗੀ ਆ ਉਹਨੂੰ ਬਿਲਕੁਲ ਕਲੀਨ ਕਰ ਦਿੰਦੇ ਹੈਗੇ ਆ, ਬਿਲਕੁਲ ਜਦੋਂ ਸਾਫ਼ ਹੋ ਜਾਂਦੀ ਆ। ਫਿਰ ਜਿਹੜੀ ਓਕੇਜ਼ਨਲੀ ਕਈ ਵਾਰੀ ਤੁਸੀਂ ਦੇਖਿਆ ਹੋਣਾ ਵੀ ਕਿਸੇ ਨੂੰ ਕਬਜ਼ ਹੋ ਜਾਂਦੀ ਆ, ਉਹ ਵੀ ਨਹੀਂ ਹੁੰਦੀ ਹੈਗੀ, ਗੈਸ ਬਣਨੀ ਬੰਦ ਹੋ ਜਾਂਦੀ ਹੈਗੀ ਆ, ਪੇਟ ਹੌਲੀ ਹੌਲੀ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈਗਾ, ਤੁਹਾਨੂੰ ਬੈਲਟਾਂ ਲਗਾਉਣ ਦੀ ਲੋੜ ਨਹੀਂ ਪੈਣੀ ਹੈਗੀ, ਸਿਰਫ ਅਸੀਂ ਆਪਣੇ ਜਿਹੜਾ ਡਾਈਜੈਸਟਿਵ ਸਿਸਟਮ ਨੂੰ ਠੀਕ ਕਰਕੇ, ਬੋਡੀ ਨੂੰ ਆਪਾਂ ਡੀਟੌਕਸ ਕਰਕੇ ਫਿੱਟ ਹੋ ਸਕਦੇ ਹੈਗੇ ਹਾਂ। ਬਹੁਤ ਲੋਕ ਬੈਲਟਾਂ ਦਾ ਸਹਾਰਾ ਲੈਂਦੇ ਹੈਗੇ ਆ, ਜਾਂ ਉਹ ਆਪਣੇ ਪੇਟ ਨੂੰ ਲੰਘਾਉਣ ਵਾਸਤੇ ਵੈਸੇ ਬੈਲਟ ਬੰਨ ਰੱਖਦੇ, ਉੱਤੇ ਕੱਪੜੇ ਪਾ ਲੈਂਦੇ ਹੈਗੇ, ਬੜੇ ਐਫਰਟਸ ਕਰਦੇ ਹੈਗੇ ਆ। ਤੁਹਾਨੂੰ ਕੋਈ ਇਸ ਤਰ੍ਹਾਂ ਦੇ ਕਰਨ ਦੀ ਜ਼ਰੂਰਤ ਨਹੀਂ ਹੈਗੀ, ਇੱਕ ਵਾਰ ਸਾਡਾ ਟ੍ਰੀਟਮੈਂਟ ਲੈ ਕੇ ਦੇਖੋ, ਜੋ ਵੀ ਤੁਸੀਂ ਚਾਹੁੰਦੇ ਹੈਗੇ ਆਪਣੀ ਬੋਡੀ ਨੂੰ ਰੀਸ਼ੇਪ ਕਰਨਾ, ਅਸੀਂ ਉੱਦਾਂ ਦੀ ਤੁਹਾਡੀ ਬੋਡੀ ਬਣਾ ਦੇਵਾਂਗੇ। ਜੀ, ਸੋ ਮੋਟਾਪੇ ਦੀ ਗੱਲਬਾਤ ਕਰ ਲਈ ਹੈ, ਮੈਨੂੰ ਲੱਗਦਾ ਲੇਡੀਜ਼ ਦੀ ਜਿਹੜੀ ਪ੍ਰੋਬਲਮ ਹੈ ਉਹ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਹੈ, ਹਾਰਮੋਨਸ ਇੰਬੈਲੈਂਸ ਹੋ ਜਾਣਾ। ਉਹਦੇ ਵਾਸਤੇ ਤੁਸੀਂ ਕਿਹੋ ਜਿਹਾ ਟ੍ਰੀਟਮੈਂਟ ਦਿੰਦੇ ਹੋ? ਦੇਖੋ, ਔਰਤਾਂ ਨੂੰ ਤਾਂ ਸਿਰਫ ਇੱਕੋ ਗੱਲ ਦਾ ਖਿਆਲ ਰੱਖਣਾ ਚਾਹੀਦਾ ਵੀ ਜਿਹੜੇ ਤੁਹਾਡੇ ਹਾਰਮੋਨਸ ਹੈਗੇ ਉਹ ਠੀਕ ਹੋਣੇ ਚਾਹੀਦੇ ਹੈਗੇ ਆ। ਜੇ ਤੁਹਾਡੇ ਹਾਰਮੋਨਸ ਠੀਕ ਹੈਗੇ ਆ ਤਾਂ ਤੁਹਾਡਾ ਮੈਟਾਬੋਲਿਕ ਰੇਟ ਜਿਹੜਾ ਹੈਗਾ ਉਹ ਸਹੀ ਹੈਗਾ, ਤਾਂ ਤੁਸੀਂ ਕਦੀ ਵੀ ਮੋਟੀਆਂ ਨਹੀਂ ਹੋ ਸਕਦੀਆਂ। ਜਦੋਂ ਤੁਹਾਨੂੰ ਲੱਗਦਾ ਹੈਗਾ ਵੀ ਪੀਰੀਅਡ ਜਿਹੜੇ ਹੈਗੇ ਘੱਟ ਜਾਂ ਵੱਧ ਆਉਣੇ ਸ਼ੁਰੂ ਹੋ ਗਏ ਆ, ਤਾਂ ਉਹਦਾ ਇਮੀਡੀਏਟਲੀ ਜਿਹੜਾ ਟ੍ਰੀਟਮੈਂਟ ਲੈਣਾ ਚਾਹੀਦਾ ਹੈਗਾ। ਜੋ ਲੋਕ ਸਾਨੂੰ ਅਪਰੋਚ ਕਰਦੇ ਆ, ਜੇ ਕੋਈ ਕਿਸੇ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਹੈ ਤਾਂ ਅਸੀਂ ਬਿਲਕੁਲ ਉਹਦੇ ਨਾਲ ਰਾਜ ਪਰਵਤਨੀ ਵੱਟੀ ਦਿੰਦੇ ਹੈਗੇ ਹਾਂ, ਕਚਨਾਰ ਗੁੱਗਲ ਦਿੰਦੇ ਹੈਗੇ ਹਾਂ, ਜਿਹਦੇ ਨਾਲ ਉਹਨਾਂ ਦਾ ਜਿਹੜਾ ਮੈਂਸੂਰੇਸ਼ਨ ਦੀ ਜਿਹੜੀ ਪ੍ਰੋਬਲਮ ਹੈਗੀ ਉਹ ਠੀਕ ਹੋ ਜਾਂਦੀ ਹੈਗੀ ਆ। ਦੂਜਾ 35 ਜਦੋਂ ਹੋ ਜਾਂਦੀ ਉਹਨਾਂ ਨੂੰ ਕੈਲਸ਼ੀਅਮ ਲੈਣਾ ਜ਼ਰੂਰੀ ਹੈਗਾ, 45 ਦੇ ਜਦੋਂ ਮੈਨੋਪੌਜ਼ ਦੀ ਸਟੇਜ ਹੁੰਦੀ ਆ ਉਹਨੂੰ ਵੀ ਉਹਨੂੰ ਕੋਈ ਨਾ ਕੋਈ ਟ੍ਰੀਟਮੈਂਟ ਲੈਣਾ ਹੁੰਦਾ, ਮਲਟੀਵਿਟਾਮਿਨ ਲੈਣੇ ਹੁੰਦੇ ਆ, ਕੈਲਸ਼ੀਅਮ ਲੈਣਾ ਹੁੰਦਾ, ਮੈਗਨੀਸ਼ੀਅਮ ਲੈਣਾ ਹੁੰਦਾ ਹੈਗਾ, ਕਈ ਵਾਰ ਉਹ ਨਹੀਂ ਲੈਂਦੀ, ਇਸ ਕਰਕੇ ਉਹਨਾਂ ਦੀ ਬੋਡੀ ਬੇਢੰਗੀ ਹੋ ਜਾਂਦੀ ਹੈਗੀ ਆ। ਜਦੋਂ ਹਾਰਮੋਨ ਇਮਬੈਲੈਂਸ ਹੋ ਜਾਂਦੇ ਹੈਗੇ ਆ, ਪਿੱਕ ਦਾ ਗੁੱਸਾ ਆਉਣਾ ਸ਼ੁਰੂ ਹੋ ਜਾਂਦਾ, ਪੇਟ ਫੁੱਲਣਾ ਸ਼ੁਰੂ ਹੋ ਜਾਂਦਾ ਹੈਗਾ ਆ, ਸਿਰਫ ਤੁਸੀਂ ਸਾਨੂੰ ਇਹ ਦੱਸਣਾ ਵੀ ਮੇਰੀ ਆਹ ਪ੍ਰੋਬਲਮ ਹੈਗੀ ਆ, ਅਸੀਂ ਜੋ ਤੁਹਾਡੀ ਪ੍ਰੋਬਲਮ ਉਹਦੇ ਹਿਸਾਬ ਨਾਲ ਤੁਹਾਨੂੰ ਟ੍ਰੀਟਮੈਂਟ ਦੇਣਾ, ਤੁਹਾਡਾ ਵੇਟ ਵੀ ਘਟੂਗਾ, ਪੇਟ ਵੀ ਘਟੂਗਾ, ਤੁਸੀਂ ਆਪਣੇ ਆਪ ਨੂੰ ਜਿਸ ਵੀ ਸਾਂਚੇ ਵਿੱਚ ਢਾਲਣਾ ਚਾਹੁੰਦੇ ਅਸੀਂ ਢਾਲ ਦੇਵਾਂਗੇ। ਸੋ ਤੁਸੀਂ ਦੱਸਿਆ ਕਿ ਟਮੇਟਿਕ ਲੋਸ਼ਨ ਜਿਹੜਾ ਹੈ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਅਸਰ ਕਰਦਾ ਪੇਟ ਘਟਾਉਣ ਦੇ ਵਾਸਤੇ, ਕਿ ਇਹਦੇ ਨਾਲ ਮੈਡੀਸਨ ਖਾਣੀ ਵੀ ਜ਼ਰੂਰੀ ਹੈ ਕਿ ਇਕੱਲਾ ਲੋਸ਼ਨ ਲਗਾਉਣ ਦੇ ਨਾਲ ਬਹੁਤ ਜ਼ਿਆਦਾ ਅਸਰ ਜਿਹੜਾ ਦਿਖਾਈ ਦਿੰਦਾ? ਸੁਖਦੀਪ ਜੀ, ਅਸੀਂ ਦੇਖਿਆ ਵੀ ਬਹੁਤ ਜਦੋਂ ਅਸੀਂ ਲੋਸ਼ਨ ਦੇ ਸਾਡਾ ਨਾ ਇੰਸਟਾ 'ਤੇ ਰੀਲਸ ਚੱਲਦੀਆਂ ਹੈਗੀਆਂ, ਲੋਕ ਦੇਖ ਕੇ ਅਪਰੋਚ ਕਰਦੇ ਆ, ਕਹਿੰਦੇ ਸਾਡਾ ਭਾਰ ਤਾਂ ਠੀਕ ਹੈਗਾ, ਅਸੀਂ ਸਿਰਫ ਪੇਟ ਹੀ ਘਟਾਉਣਾ ਹੈਗਾ, ਸਾਨੂੰ ਇਕੱਲਾ ਲੋਸ਼ਨ ਦੇ ਦਿਓ। ਫਿਰ ਅਸੀਂ ਜਦੋਂ ਪੁੱਛੀਦਾ ਵੀ ਤੁਹਾਡਾ ਭਾਰ ਕਿੰਨਾ ਆ, ਤੁਹਾਡੀ ਹਾਈਟ ਕਿੰਨੀ, ਤੁਹਾਡੀ ਏਜ ਕਿੰਨੀ ਆ, ਕਈ ਲੋਕਾਂ ਨੂੰ 75 ਕਿਲੋ ਭਾਰ ਚਾਹੀਦਾ, ਉਹਨਾਂ ਦਾ 100 ਕਿਲੋ ਹੁੰਦਾ ਆ, ਤਾਂ ਉਹ ਲੋਸ਼ਨ ਨਾਲ ਥੋੜ੍ਹੀ ਗੱਲ ਬਣੇਗੀ। ਜੇ ਫੈਟ ਜ਼ਿਆਦਾ ਤਾਂ ਹੀ ਪੇਟ ਵਧਿਆ ਹੋਇਆਗਾ ਨਾ, ਉਹ ਫੈਟ ਜਿੰਨੇ ਚਿਰ ਘਟੇਗੀ ਨਹੀਂ ਪੇਟ ਨੇ ਨਹੀਂ ਘਟਣਾ ਹੈਗਾ। ਇਸ ਕਰਕੇ ਜੋ ਵੀ ਬੰਦੇ ਦੇ ਹਾਲਾਤ ਆ ਉਹਨਾਂ ਦੇ ਮੱਦੇਨਜ਼ਰ ਜਿਸ ਚੀਜ਼ ਦੀ ਜ਼ਰੂਰਤ ਅਸੀਂ ਉਹ ਦਿੰਦੇ ਹੈਗੇ ਹਾਂ,
ਕਿਸੇ ਦੇ ਕਹਿਣ 'ਤੇ ਨਹੀਂ ਵੀ ਸਾਨੂੰ ਇਕੱਲਾ ਲੋਸ਼ਨ ਦੇ ਦਿਓ, ਤਾਂ ਉਹਦਾ ਉਹਨਾਂ ਨੂੰ ਨਹੀਂ ਫਰਕ ਪੈਣਾ ਹੈਗਾ, ਉਹਨਾਂ ਦੇ ਪੈਸੇ ਵੇਸਟ ਜਾਣਗੇ ਜਿਸ ਚੀਜ਼ ਨਾਲ ਫਰਕ ਪਏਗਾ ਅਸੀਂ ਉਹੀ ਦੇਵਾਂਗੇ ਨਾ। ਇਸ ਕਰਕੇ ਜੇ ਤੁਸੀਂ ਆਪਣਾ ਪੇਟ ਘਟਾਉਣਾ ਚਾਹੁੰਦੇ ਹੈਗੇ ਆ, ਕਈਆਂ ਦੇ ਪੇਟ 'ਤੇ ਟਾਇਰ ਬਣਿਆ ਹੁੰਦਾ ਹੈਗਾ, ਉਹ ਟਾਇਰ ਬਿਲਕੁਲ ਖਤਮ ਹੋ ਜੂਗਾ, ਪੇਟ ਜਿਹੜਾ ਫਲੈਟ ਹੋ ਜੂਗਾ, ਜਿਹੜੀ ਸੈਲੋਲਾਈਟ ਦੀ ਪ੍ਰੋਬਲਮ ਉਹ ਠੀਕ ਹੋ ਜਾਏਗੀ, ਔਰ ਤੁਸੀਂ ਆਪਣੇ ਆਪ ਨੂੰ ਜਿੱਦਾਂ ਦੇ ਵੀ ਬਣਾਉਣਾ ਚਾਹੁੰਦੇ ਹੈਗੇ ਆ, ਮਾਡਰਨ ਦਿਖਣਾ ਚਾਹੁੰਦੇ ਹੈਗੇ ਆ, ਸੋਹਣੇ ਦਿਖਣਾ ਚਾਹੁੰਦੇ ਹੈਗੇ, ਪਤਲੇ ਦਿਖਣਾ ਚਾਹੁੰਦੇ ਹੈਗੇ ਆ, ਉਹ ਬਿਲਕੁਲ ਹੋ ਜਾਓਗੇ, ਕੋਈ ਗੱਡੀ ਗੱਲ ਨਹੀਂ ਹੈਗੀ। ਸੋ ਇਸੇ ਦਾ ਨਾਲ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ। ਨਮਸਕਾਰ ਦੋਸਤੋ, ਮੇਰਾ ਨਾਮ ਦੀਕਸ਼ਾ ਹੈ, ਮੈਂ ਫਿਰੋਜ਼ਪੁਰ ਸ਼ਹਿਰ ਸੇ ਰਹਿਣੇ ਵਾਲੀ ਹੂੰ। ਮੈਂ ਪਹਿਲੇ ਕਾਫੀ ਮੋਟੀ ਥੀ, ਕਾਫੀ ਦਵਾਈ ਯੂਜ਼ ਕੀ, ਕਾਫੀ ਜਿਮ ਟ੍ਰਾਈ ਕੀ, ਮੁਝੇ ਬਿਲਕੁਲ ਫਰਕ ਨਹੀਂ ਪੜ ਰਹਾ। ਇੱਕ ਦਿਨ ਮੈਨੇ ਇੰਸਟਾਗ੍ਰਾਮ ਐਪ ਪੇ ਡਾਇਟ ਐਂਡ ਫਿਟ ਵਾਲੋ ਕੀ ਐਡ ਦੇਖੀ, ਇਨਕਾ ਪ੍ਰੋਡਕਟ ਔਡਰ ਕੀਆ, ਮੈਨੇ 3 ਦਿਨ ਇਨਕਾ ਪ੍ਰੋਡਕਟ ਖਾਇਆ, ਫਿਰ ਮੈਨੇ 3 ਮਹੀਨੇ ਔਰ ਖਾਈ, ਜਿਸ ਸੇ ਮੇਰਾ 15 ਕਿਲੋ ਵੇਟ ਕਮ ਹੋ ਗਿਆ। ਮੈਂ ਇਨਕਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਤੀ ਹੂੰ। ਅਗਰ ਆਪ ਕਿਸੀ ਕੋ ਵੀ ਕੋਈ ਵੀ ਮੋਟਾਪੇ ਕੀ ਪ੍ਰੋਬਲਮ ਹੈ, ਤੋ ਆਪ ਇਨਕਾ ਪ੍ਰੋਡਕਟ ਜ਼ਰੂਰ ਯੂਜ਼ ਕਰੇ, ਥੈਂਕ ਯੂ। ਨਮਸਕਾਰ ਦੋਸਤੋ, ਮੇਰਾ ਨਾਮ ਸੁਮੀਤ ਹੈ ਔਰ ਮੈਂ ਪਟਿਆਲਾ ਸ਼ਹਿਰ ਸੇ ਰਹਿਣੇ ਵਾਲਾ ਹੂੰ। ਕੁਛ ਸਮੇਂ ਪਹਿਲੇ ਮੈਂ ਬਹੁਤ ਮੋਟਾ ਹੁਆ ਕਰਤਾ ਥਾ, ਜਿਸ ਕੀ ਵਜ੍ਹਾ ਸੇ ਮੈਂ ਬਹੁਤ ਪਰੇਸ਼ਾਨ ਵੀ ਰਹਾ ਕਰਤਾ ਥਾ, ਬਹੁਤ ਸਾਰੀ ਦਵਾਈਆਂ ਖਾਈ, ਸ਼ੇਕਸ ਪੀਏ, ਪਰ ਮੁਝੇ ਕੁਛ ਆਪਣੇ ਆਪ ਮੇਂ ਫਰਕ ਨਹੀਂ ਨਜ਼ਰ ਆ ਰਹਾ ਥਾ। ਇੱਕ ਦਿਨ ਮੈਨੇ ਸੋਸ਼ਲ ਮੀਡੀਆ ਐਪ ਪਰ ਡਾਇਟ ਐਂਡ ਫਿਟ ਵਾਲੋਂ ਕੀ ਐਡ ਦੇਖੀ, ਤੋ ਸੋਚਾ ਕਿਉਂ ਨਾ ਇੱਕ ਵਾਰ ਇਨਸੇ ਵੀ ਦਵਾਈ ਲੀ ਜਾਏ, ਤੋ ਮੈਨੇ ਇਨਕੀ ਐਪ ਪਰ ਜਾ ਕਰ ਔਨਲਾਈਨ ਔਡਰ ਕਰਕੇ ਦਵਾਈ ਮੰਗਵਾਈ। 3 ਦਿਨ ਮੈਂ ਅਗਰ ਮੈਂ ਦਵਾਈ ਖਾ ਰਹਾ ਥਾ, ਤੋ ਮੁਝੇ ਕੁਛ ਆਪਣੇ ਆਪ ਮੇਂ ਹੈਲਥੀ ਫਿਟ ਨਜ਼ਰ ਆਨੇ ਲੱਗ ਪੜਾ, ਔਰ ਆਜ ਮੇਰੇ 2 ਮਹੀਨੇ ਕਾ ਕੋਰਸ ਕੰਪਲੀਟ ਹੋਤੇ ਹੋਤੇ ਮੈਂ ਬਿਲਕੁਲ ਹੈਲਥੀ ਔਰ ਇਨ ਫਿਟ ਹੂੰ। 2 ਮਹੀਨੋ ਮੇਂ ਮੇਰਾ ਵਜਨ 10 ਕਿਲੋ ਕਮ ਹੋ ਚੁੱਕਾ ਹੈ। ਅਗਰ ਆਪ ਵੀ ਮੋਟਾਪੇ ਕੇ ਸ਼ਿਕਾਰ ਹੈ, ਤੋ ਇੱਕ ਵਾਰ ਆਪ ਵੀ ਡਾਇਟ ਐਂਡ ਫਿਟ ਵਾਲੋ ਕੇ ਸਾਥ ਜ਼ਰੂਰ ਕੰਸਲਟ ਕਰੇ। ਨਮਸਕਾਰ, ਮੈਂ ਸੁਰਭੀ ਸ਼ਰਮਾ ਔਰ ਮੈਂ ਜਲੰਧਰ ਪੰਜਾਬ ਸੇ ਬਿਲੋਂਗ ਕਰ ਰਹੀ ਹੂੰ। ਆਜ ਆਪ ਲੋਕ ਜਿਸ ਹਾਲਤ ਮੇਂ ਮੁਝੇ ਦੇਖ ਰਹੇ ਹੈ ਨਾ, ਤਾਂ ਸਭਸੇ ਪਹਿਲੇ ਥੈਂਕਸ ਹੈ ਡਾਇਟ ਐਂਡ ਫਿਟ ਕਾ, ਕਿਉਂਕਿ ਇੱਕ ਸਮੇਂ ਵੋ ਵੀ ਥਾ ਜਬ ਮੇਰਾ ਵਜ਼ਨ 70 ਕਿਲੋ ਕੇ ਕਰੀਬ ਥਾ ਔਰ ਮੈਂ ਆਪਣੇ ਮੋਟਾਪੇ ਸੇ ਬਹੁਤ ਜ਼ਿਆਦਾ ਪਰੇਸ਼ਾਨ ਥੀ। ਇਸਕੇ ਲਈ ਮੈਨੇ ਹਰ ਇੱਕ ਚੀਜ਼ ਕਰਕੇ ਦੇਖ ਲਈ, ਹਰ ਇੱਕ ਮੈਡੀਸਨ ਕੋ ਅਪਣਾ ਕੇ ਦੇਖ ਲਿਆ, ਹਰ ਇੱਕ ਨੁਸਖਾ ਵੀ ਅਪਣਾਇਆ, ਪਰ ਕਿਸੀ ਚੀਜ਼ ਕਾ ਕੋਈ ਅਸਰ ਨਹੀਂ ਹੁਆ। ਇੱਕ ਦਿਨ ਮੈਂ ਘਰ ਬੈਠੇ ਟੀਵੀ ਪਰ ਐਡ ਦੇਖ ਰਹੀ ਥੀ ਔਰ ਵਹਾਂ ਪਰ ਡਾਇਟ ਐਂਡ ਫਿਟ ਕੀ ਐਡ ਮੁਝੇ ਸ਼ੋ ਹੋਈ, ਫਿਰ ਸੋਚਾ ਕਿਉਂ ਨਾ ਇਸੇ ਵੀ ਟਰਾਈ ਕਰਕੇ ਦੇਖਾ ਜਾਏ। ਫਿਰ ਕਿਆ ਥਾ, ਮੈਨੇ ਡਾਇਟ ਐਂਡ ਫਿਟ ਕੋ ਫੋਲੋ ਕੀਆ, ਇਸਕੀ ਡਾਇਟ ਪਲਾਨ ਕੋ ਫੋਲੋ ਕੀਆ ਔਰ ਇਨਕੇ ਪ੍ਰੋਡਕਟਸ ਕਾ ਇਸਤੇਮਾਲ ਕੀਆ। 1 ਮਹੀਨੇ ਮੇਂ ਜੋ ਅਸਰ ਮੁਝੇ ਦੇਖਣੇ ਕੋ ਮਿਲਾ ਉਸਨੇ ਮੁਝੇ ਹੈਰਾਨ ਕਰ ਦਿਆ। ਫਿਰ ਮੈਨੇ ਲਗਾਤਾਰ 3 ਮਹੀਨੇ ਤੱਕ ਡਾਇਟ ਐਂਡ ਫਿਟ ਕੇ ਡਾਇਟ ਚਾਰਟ ਕੋ ਫੋਲੋ ਕੀਆ, ਇਨਕੀ ਮੈਡੀਸਨ, ਇਨਕੇ ਪ੍ਰੋਡਕਟਸ, ਇਨਕਾ ਸਭ ਕਾ ਯੂਜ਼ ਕੀਆ ਔਰ ਇਹਨਾਂ ਨੇ ਮੇਰੀ ਕਾਉਂਸਲਿੰਗ ਕੀ, ਜਿਸਕੇ ਬਾਅਦ ਆਜ ਜੋ ਰਿਜ਼ਲਟ ਹੈ ਆਪਕੇ ਸਾਹਮਣੇ ਹੈ। ਸੋ ਮੈਂ ਆਪਣੇ ਆਪ ਕੋ ਹੈਲਥੀ ਔਰ ਫਿਟ ਕਰਨਾ ਚਾਹਤੀ ਥੀ, ਡਾਇਟ ਐਂਡ ਫਿਟ ਨੇ ਮੁਝੇ ਹੈਲਥੀ ਔਰ ਫਿਟ ਬਣਾਇਆ, ਇਸ ਲਈ ਉਨਕਾ ਥੈਂਕ ਯੂ। नमस्कार, मैं सुखदीप कौर लेकर हाजिर प्रोग्राम टाइट एंड फिट। सभी चाहते हैं कि वो सुंदर दिखने चाहिए, सभी चाहते हैं कि जो पहना हो वो हमारे ऊपर अच्छा लगे, पर उनको ये नहीं पता होता खाना क्या है, क्या करना है, कैसे करना है, कितना खाएंगे कि हम सुंदर दिख सकते हैं, कितना खाएंगे कि हम मोटापे के शिकार हो सकते हैं। सो बातें बहुत सारी करनी है मोटापे के रिगार्डिंग। सो प्रोग्राम में मौजूद हैं MD सतविंदर सिंह, बहुत बहुत स्वागत है सर। थैंक यू। सो लोग क्या कहते हैं कि हम सुंदर दिखने चाहिए, जो खा रहे हैं वो उतना खाएं कि हमें अच्छा लगे और हम मोटापे के शिकार ना हो, क्या करना चाहिए उन्हें? सुखदीप जी, मेनली हम डाइट को बैलेंस करते हैं, साथ में फूड सप्लीमेंट देते हैं, तो आयुर्वेदिक मेडिसिन भी होती है जिससे मेटाबॉलिक रेट बढ़ जाता है, जो हम खाते हैं बॉडी की एनर्जी में कन्वर्ट हो जाता है, हम नेचुरल वे में पतले हो जाते हैं। हमें क्या खाना चाहिए लोगों को मालूम नहीं होता, हमारी डाइट में कितना प्रोटीन चाहिए, फाइबर चाहिए,
कितना वाइटामिन और मिनरल्स हमें लेने चाहिए वो हमें देखना होता है। कैलरीज का जो इनटेक होता हम बंद करवा देते हैं जिससे वो पतले होना शुरू हो जाते हैं। अगर किसी को कोई प्रॉब्लम हो, अपना वजन कम करना चाहता है, पेट कम करना चाहते हैं, तो हमें मिले, हम उनको बेस्ट ट्रीटमेंट देंगे। जी, जो आप सप्लीमेंट्स देते हैं वो कितने टाइम के बाद वो अपना रिजल्ट दिखाना शुरू कर देता है? जो लोग भी हमें अप्रोच करते हैं हम उनसे पूछते हैं भी आपकी हाइट कितनी है, वेट कितना है, आपका एज कितनी है, वेट, और उसके हिसाब से मालूम पड़ जाता है फिर आपको कितना वेट चाहिए। जो भी मेडिसिन लेते हैं अगर किसी का वेट ज़्यादा है तो 3 दिन में असर नज़र आ जाता है। मान लो पे आपका वेट 60 kg है, आपकी हाइट 5'3" है, आपको 55 kg चाहिए, तो आपको पहले इंचेस जाएंगे। इसके हिसाब से होता है। हम ये कहते हैं कि जो हमारा प्रोडक्ट लेगा उसको 3 दिन में ही असर नज़र आएगा, चाहे वेट कम होगा चाहे पेट कम होगा। जी। पेट आप मेजर कर सकते हो, वेट को आप वेइंग स्केल पर देख सकते हो, आपको असर 3 दिन में नजर आएगा। जैसे आपने बोला कि पहले इंचेस जाएंगे, तो इंच लॉस करना क्या होता है? इंच होता है, कई लोगों का वजन तो ठीक होता है मगर पेट बड़ा होता है, फूला हुआ होता है, उसको हमने कम करना है। कई लोगों को कब्जी होती है, गैस की प्रॉब्लम होती है। एक हम प्रोडक्ट देते हैं, एक तो देते हैं टमी टक लोशन, उससे क्या होता है जो स्किन है वो टाइट होना शुरू हो जाती है। जी। जो कई बार रिंकल पड़ते हैं ना वो भी ठीक होना शुरू हो जाते हैं, जो स्ट्रेच मार्क्स होते हैं वो भी ठीक होना शुरू हो जाते हैं। तो दूसरा जो प्रोडक्ट है बॉडी को क्लीन करता है, बॉडी को डिटॉक्स करता है। जो हमारा डाइजेस्टिव जो ट्रैक होता है ना, तो जो बड़ी आंत होती है हम उसको क्लीन कर देते हैं। उससे क्या होता है जो कब्जी है वो ठीक हो जाती है, गैस वो नहीं बनती, इससे उनका जो पेट है कम होना शुरू हो जाता है। दूसरा हम डाइट प्लान भी देते हैं कि आपको क्या खाना चाहिए, सुबह दोपहर शाम और रात को आपको क्या खाना चाहिए। जो हमारा कंसेप्ट अडॉप्ट करता है उसको हर हाल में असर होता ही होता है। जी, सो कुछ लोग क्या करते हैं, बहुत सारी चीज़ों को अपनाते हैं कि हम ये खाएंगे तो हमारा जो वेट है वो कम हो जाएगा। जो खाते हैं सप्लीमेंट उसके बाद फिर वेट जो है वो बढ़ जाता है। आपके सप्लीमेंट्स कैसे काम करते हैं कि वेट ना बढ़े जब हम छोड़ दें? तो कई लोग हमें अप्रोच करते बताते हैं भाई हमें ये शेक लिया है, जब तक हम पीते हैं उसको यूज़ करते हैं तो हम स्लिम हो जाते हैं, जब छोड़ते हैं फिर वजन बढ़ जाता है। कई लोग बहुत हार्ड एक्सरसाइज करते हैं, उनसे क्या होता है उनके जो मसल लॉस हो जाते हैं, जब वो जिमिंग छोड़ते हैं फिर उनका वजन बढ़ जाता है। हम ऐसा नहीं करते, हमारी जो मेडिसिन है इससे उनके जो फैट सेल है वो कम होना शुरू हो जाते हैं। नेचुरल वे से आप पतले होंगे, जो हमारा डाइट प्लान है उससे आपको जितना फाइबर की ज़रूरत है, जितनी प्रोटीन की ज़रूरत है वो मिल जाता है। जो मेडिसिन है इससे मेटाबॉलिक रेट बढ़ जाता है, जिससे आपका जो अंदर फैट है, जो स्टोर हुई फैट है, वो आपकी बॉडी की एनर्जी में कन्वर्ट हो जाती है। तो आप नेचुरल वे से पतले होना शुरू हो जाते हैं। हमारा कंसेप्ट बड़ा क्लियर है, इसका कोई भी साइड इफेक्ट नहीं है और आप पतले हर हाल में हो जाएंगे। अगर आप एक बार पतले हो गए, अगर आपको अवेयरनेस होगी तो आपका वजन द्वारा बढ़ेगा नहीं। जी, कुछ लोग तो चाहते होते हैं कि हम हमारा वजन जो है वो बढ़े नहीं, पर कारण ही नहीं पता होते कि करना क्या है, कैसे बढ़ता है, क्यों नहीं बढ़ना चाहिए। सो आप क्या समझती हैं कौन से कारण है जिससे वजन जो है बढ़ जाता है? देखो, वजन बढ़ने का सबसे बड़ा कारण है हमारे खाने पीने की गलत आदतें। हमें जो मिलता हम खाते जाते हैं, पेट को पेट नहीं समझते, डस्टबिन बना लेते हैं। हम अगर किसी फंक्शन में भी जाएं तो मल्टी प्रोटीन खा लेते हैं, एक चीज़ पे हमारा फोकस नहीं होता है। जो हमारा रुझान है गलत चीज़ों खाने का, उससे हमारा जो डाइजेस्टिव सिस्टम है वो वीक होना शुरू हो जाता है। बॉडी की एनर्जी में हमारा जो फूड है कन्वर्ट नहीं होता, जिससे हम मोटे होना शुरू हो जाते हैं, पेट बढ़ना शुरू हो जाता है, गैस हो जाती है, कब्जी हो जाती है। सबसे बड़ा कारण हमारे खाने पीने की गलत आदतें हैं। कई बार किसी को कोई मेडिसिन रिएक्शन कर जाए फिर भी वो मोटा हो सकता है,
दूसरा है फिजिकली एक्टिविटी की कमी। लोग ऑफिस में काम करते हैं, उनके पास इतना टाइम ही नहीं होता, तो वो कोई भी वर्कआउट नहीं करते, जो कि हमें 70% न्यूट्रिशन की ज़रूरत होती है और 30% हमारी मूवमेंट भी ज़रूरी है। अगर आप जिमिंग नहीं कर सकते हो तो 30 मिनट या 40 मिनट आप ब्रिस्क वॉक कर लें तो समझ लें आपकी जिमिंग हो गई। एफर्ट्स तो हमें करना ही पड़ेगा अगर हमने स्लिम होना है तो। जी, आपने अभी बोला कि एक्सरसाइज करनी पड़ती है, कि आपके जो सप्लीमेंट्स हैं वो खाने के साथ साथ भी योगा या एक्सरसाइज करनी जरूरी है? देखो, योगा तो एवरग्रीन है। अगर आप अपनी बॉडी को आधा घंटा या 40 मिनट दे देते हो तो बड़ी अच्छी बात है। आपने देखा होगा न्यूज़ में, कई लोग ऐसे डांस करते हैं वो गिर जाते हैं, हार्ट अटैक आ जाता है, कोई भी जोर का काम करते हैं तो उनको हार्ट अटैक आ जाता है। बहुत ऐसी मिस हैपनिंग हो चुकी है। कारण यह है कि हम इतने कंफर्ट जोन में आ चुके हैं, हम कोई एफर्ट्स करना ही नहीं चाहते, हमें ऐसे रिमोट से ही चीज़ें चाहिए। तो हमें अपनी बॉडी को भी टाइम देना चाहिए। ऐसा नहीं है कि हम अपनी बॉडी को टाइम ना दें तो जो भी हम अर्निंग करते हैं वो डॉक्टरों को जाएगा जब हमें कोई प्रॉब्लम आएगी। तो फिजिकली एक्टिविटी होना भी बहुत ज़्यादा ज़रूरी है। साथ में हम जो डाइट है अपनी, उसको हम अगर बैलेंस कर लें, डिसिप्लिन कर लें, तो हम अपने आप को फिट कर सकते हैं। जैसे हम चाहते होते हैं कि हमारा पेट जो है वो कम होना चाहिए, पूरा फिगर जो है वो अच्छा होता है, दिखता भी अच्छा है, जो पेट है वो बड़ा होता है। सो पेट को ही अकेला कम करना हो तो उसके लिए कैसे काम करेगा आपका सप्लीमेंट? देखो, अकॉर्डिंग टू हाइट जितना वेट होना चाहिए, अगर वो ज़्यादा हो तो पहले वेट कम होगा, वेट कम होगा तो ही पेट कम होगा। जिन लोगों का वेट सही है और पेट कम करना चाहते हैं, अगर वो कॉन्स्टिपेशन के कारण है, पहले तो उनकी जो कॉन्स्टिपेशन है उसको हम दूर करेंगे, गैस की प्रॉब्लम उसको दूर करेंगे। वो तभी होगा जब आपका डाइजेस्टिव सिस्टम जो ठीक होगा, मैदा ठीक होगा, आप जो खाएंगे वो आपका फूड जो है बॉडी की एनर्जी में कन्वर्ट होना चाहिए। बॉडी को हम डिटॉक्स करेंगे, जितनी बड़ी जो हमारी आंत होती है उसको क्लीन करेंगे। तो ऐसा होने के कारण ही आपको जो जो पेट बड़ा हुआ है ना, वो कम होना शुरू हो जाएगा। एक पूरा प्रोसेस होता है, एफर्ट्स तो आपको करने ही पड़ेंगे। अगर आप चाहते हैं कि हमें कोई एफर्ट्स ना करने पड़े तो रातों रात हम पतले हो जाएं, तो ऐसा कभी नहीं होगा। वो सपनों की बात है, सपनों में ही रहेगी। सो आपने डिटॉक्स करने की बात करी है, डिटॉक्स करना बॉडी के लिए कितना ज़रूरी है? जैसे हम क्या करते हैं, जब कोई नहीं गाड़ी लेते हैं, हमें मालूम है 10,000 किलोमीटर चल पड़ी है, तो हम उसकी सर्विस करवा लेते हैं, सर्विस के बाद वो स्मूथ हो जाती है। ऐसे ही हमें अपनी बॉडी को भी डिटॉक्स करना चाहिए। डिटॉक्स से पेट ठीक हो जाता है, आंतें साफ हो जाती है, गैस और कब्जी ठीक हो जाती है, जो हमारा मैदा है वो ठीक हो जाता है, जो हम खाते हैं सही तरह से हजम होना शुरू हो जाता है। तो फिर हम ठीक होते हैं। जब आपकी बॉडी डिटॉक्स होगी, आपको जो चीज़ अभी नहीं पच रही, नहीं लग रही, वो भी आपको लगेगी। कई लोगों को आपने देखा होगा, कोई मेडिसिन पहले तो ठीक असर अफेक्ट करती है, बाद में असर करना छोड़ देती है, को उनकी जो बॉडी को फिर ज़रूरत पड़ती है डिटॉक्स की। जब आपकी बॉडी डिटॉक्स हो जाएगी तो बहुत सारी जो प्रॉब्लम आपकी ऐसे ही चले जाएंगी। जी, सो फैटी लीवर होना भी एक मोटापे का कारण है, कैसे समझते हैं आपकी फैटी लीवर जो है मोटापे को बढ़ाता है? जिन लोगों को फैटी लीवर होता है, चाहे वो ग्रेड 1 हो 2 हो, जो भी उसकी स्टेज हो, तो उससे क्या होता है, गैस बनती है, कब्जी होती है, कोलेस्ट्रॉल बढ़ता है, यूरिक एसिड बढ़ता है, एसिड बनना शुरू हो जाता है। जब ज़्यादा एसिड बनेगा तो हमारी बॉडी क्या करती है, ज़्यादा जो है कफ बनाना शुरू कर देती है उसको ठंडा करने के लिए। उससे आपको और इफेक्ट होना शुरू हो जाता है, आपको जुकाम रहेगा, आवाज़ भारी हो जाएगी,
तो इसके बहुत सारे साइड इफेक्ट हैं। हम क्या करते हैं, हम गैस की मेडिसिन ले लेंगे, कब्जी की मेडिसिन ले लेंगे, यूरिक एसिड की ले लेंगे, कोलेस्ट्रॉल की ले लेंगे, मगर फैटी लिवर की कोई मेडिसिन नहीं लेता। हम क्या करते हैं, हम फैटी लिवर के लिए हमने स्पेशल एक प्रोडक्ट बनाया हुआ है। फैटी लिवर जब आपका ठीक हो जाएगा तो ये प्रॉब्लम है, जो जितनी भी प्रॉब्लम्स हैं वो ऑटोमेटिकली चले जाएंगी। तो हम बेस पे ध्यान देते हैं कि आपको आपका बेसिक क्या है। हमारा नेचुरल प्रोडक्ट है, आयुर्वेदिक है, इसका कोई भी साइड इफेक्ट नहीं है। जब आप खाएंगे, अगर आपका मोटापा है वो ठीक होना शुरू हो जाएगा, अगर आप दुबले हो तो आप मोटे होना शुरू हो जाएंगे। सिर्फ एक फैटी लिवर के कारण आपकी जो बॉडी है बेढंगी हो सकती है जी। सो लोग कुछ चाहते हैं कि हम जो हैं बहुत ज्यादा पतले हैं, हमें थोड़ा सा वेट गेन करना है, सो वेट गेन करने के लिए आपके पास क्या ट्रीटमेंट है? लोग हमें पूछते हैं भी आप ऐसे पतले होने की तो मेडिसिन देते हैं, आप मोटे होने की या सेहत बनाने की भी देते हो। हमारा जो प्रोडक्ट है इससे आपकी भूख बढ़नी शुरू हो जाएगी, इतनी बढ़ेगी आपकी नींद नहीं भरेगी, पेट भर जाएगा, जो भी आप खाएंगे वेस्ट नहीं जाएगा। इवन कि आप एक चम्मच भी खाते हो ना, वो आपको लगेगा। जब लगेगा तो आपका खून बनेगा, चर्बी बनेगी, चेहरे पर रौनक आएगी, लाली आएगी, तो आपको जो फेस है ना वो ग्लो करेगा, आपकी जो जैसे सुंदरता होनी चाहिए, सडोल शरीर होना चाहिए, तो आपकी बॉडी बिल्कुल तंदुरुस्त हो जाएगी। आप जैसे भी अपनी बॉडी को ढालना चाहते हो, जैसे भी आपको सेहत बनाना चाहते हो, तो आप हमें संपर्क करें, हम आपको ऐसा ट्रीटमेंट देंगे जो भी आपकी इच्छाएं वो सभी पूरी होंगी। सो हम चाहते हैं कि हम फिट दिखें, पर उसके लिए हमें एफर्ट्स तो करने पड़ेंगे। जो भी हमें डाइट प्लान दिया है उसको फॉलो करना पड़ेगा, जो भी हमें सजेस्ट किया गया है उस पर हमें गौर फरमाना पड़ेगा। इसी के साथ हमें दो इजाजत, नमस्कार। हेलो दोस्तों, मेरा नाम दीक्षा है, मैं फिरोजपुर शहर तो रहने वाली हाँ। मैं पहले काफ़ी मोटी सी, काफ़ी जिम ट्राई किया, काफ़ी दवाइयाँ खादियाँ, मेरा बिल्कुल फ़र्क नहीं पाया। मैं इंस्टाग्राम ऐप पर डाइट एंड फिट वाले की ऐड देखी, मैं पहले 3 दिन की दवाई मंगवाई, 3 दिन की दवाई तो बाद मैं काफ़ी रिजल्ट मिल गया, एंड मैं 3 महीनों की फिर दवाई खाधी, मैनू वो तो 15 किलो मेरा वेट घट गया। अगर तुसी भी मोटापे के शिकार हैगे हो, तुसी भी इन्हां दे प्रोडक्ट नू ऑर्डर करो, यूज़ करो, काफ़ी वधिया रिजल्ट मिलेगा। मैं इन्हां दा बहुत बहुत धन्यवाद करना चाहनी हूँ।